ਸਤਿ ਸ਼੍ਰੀ ਅਕਾਲ ਜੀ, ਦੇਖ ਰਹੇ ਹੋ ਤੁਸੀਂ ਦੈਨਿਕ ਸੂਰਿਆ ਟੀਵੀ। ਮੈਂ ਤੁਹਾਡੇ ਨਾਲ ਮੀਤ, ਔਰ ਸਟੂਡੀਓ 'ਚ ਮੌਜੂਦ ਹੈ ਮੇਰੀ ਕੋ ਹੋਸਟ ਤਾਨੀਆ। ਹੈਲੋ ਐਵਰੀਵਨ। ਤੇ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੁਰਾਂ ਦੇ ਬਾਦਸ਼ਾਹ, ਯਾਨੀ ਕਿ ਮਾਸਟਰ ਸਲੀਮ। ਵੈਲਕਮ ਸਲੀਮ ਜੀ। ਥੈਂਕ ਯੂ ਜੀ, ਮਿਹਰਬਾਨੀ ਜੀ, ਤਾਨੀਆ ਜੀ ਅਤੇ ਭਾਅ ਜੀ ਤੁਹਾਡੀ ਬਹੁਤ ਮਿਹਰਬਾਨੀ, ਸ਼ੁਕਰੀਆ। ਮੈਂ ਬਹੁਤ ਥੈਂਕਸ ਕਰਦਾ ਦੈਨਿਕ ਸਵੇਰਾ ਦਾ, ਜਿਨ੍ਹਾਂ ਦਾ ਇਹ ਚੈਨਲ ਹੈ ਉਹਨਾਂ ਦਾ ਮੈਂ ਬਹੁਤ ਥੈਂਕਸ ਕਰਦਾ, ਔਰ ਬਹੁਤ ਬਹੁਤ ਸ਼ੁਕਰੀਆ ਤੁਹਾਡੀ ਸਾਰੀ ਟੀਮ ਦਾ। ਸਲੀਮ ਜੀ ਦੇ ਨਾਲ ਸਾਡੇ ਨਾਲ ਮੌਜੂਦ ਨੇ ਰਿੱਕੀ ਖਾਨ, ਜਿਨ੍ਹਾਂ ਨੇ ਇਹਨਾਂ ਦੇ ਨਵੇਂ ਗਾਣੇ ਦੇ ਲਿਰਿਕਸ ਦਿੱਤੇ ਨੇ। ਤੁਹਾਡਾ ਵੀ ਵੈਲਕਮ ਹੈ ਜੀ। ਥੈਂਕ ਯੂ ਸੋ ਮਚ ਸਭ ਦਾ, ਪਹਿਲਾਂ ਭਾਅ ਜੀ ਦਾ ਅਤੇ ਤੁਹਾਡਾ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ। ਥੈਂਕ ਯੂ ਸੋ ਮਚ। ਸਭ ਤੋਂ ਪਹਿਲਾਂ ਤਾਂ ਸਲੀਮ, ਕੱਲ੍ਹ ਤੁਹਾਡਾ ਬਰਥਡੇ ਸੀ, ਬਿਲਕੁਲ ਹੈਪੀ ਬਰਥਡੇ। ਥੈਂਕ ਯੂ ਵੈਰੀ ਮਚ ਜੀ, ਸ਼ੁਕਰੀਆ। ਹੁਣ ਉਮਰ ਨਾ ਪੁੱਛੋ ਪਲੀਜ਼, ਮੈਂ ਬਹੁਤ ਸ਼ਰਮ ਆਉਂਦੀ ਹੈ ਮੈਨੂੰ। ਅਸੀਂ ਤੁਹਾਡੀ ਵੇਟ ਕਰਦੇ ਰਹੇ ਕੱਲ੍ਹ। ਮੈਂ ਕੇਕ ਵੀ ਲੈ ਕੇ ਆਇਆ ਸੀ। ਓ ਰੀਅਲੀ? ਆਈ ਐਮ ਸੋ ਸੋਰੀ, ਆਈ ਵਾਜ਼ ਬਿਜ਼ੀ ਵਿਦ ਮਾਈ ਫੈਨਸ। ਔਰ ਮੈਨੂੰ ਤਾਂ ਆਪ ਸਰਪ੍ਰਾਈਜ਼ ਪਾਰਟੀ ਮਿਲੀ, ਮੈਂ ਤਾਂ ਸਿਰਫ ਗਾਣਾ ਕੱਲ੍ਹ ਲਾਂਚ ਕਰਨ ਦਾ ਸੋਚਿਆ ਸੀ ਕਿ ਗਾਣਾ ਲਾਂਚ ਕਰਦੇ ਹਾਂ, ਪਰ ਮੈਨੂੰ ਆਪ ਸਰਪ੍ਰਾਈਜ਼ ਪਾਰਟੀ ਮਿਲੀ ਕਿ ਬਹੁਤ ਸਾਰੇ ਲੋਕ ਆਏ ਹੋਏ ਨੇ। ਘੱਟੋ ਘੱਟ ਨਹੀਂ, ਰਿੱਕੀ ਨੂੰ ਪੁੱਛੋ, ਰਿੱਕੀ ਕਿੰਨੇ ਕੇਕ ਕੱਟੇ ਹੋਣਗੇ ਆਪਾਂ? ਮੇਰੇ ਹਿਸਾਬ ਨਾਲ 300, 300-400 ਕੇਕ ਅਸੀਂ ਕੱਟ ਲਿਆ ਜੀ। 300 ਦੇ ਆਸੇ ਪਾਸੇ, ਔਰ ਸਭ ਦੇ ਉੱਤੇ ਕਿਸੇ ਦੇ ਲਿਖਿਆ ਹੋਇਆ ਗੁਰੂ ਜੀ, ਕਿਸੇ ਦੇ ਉੱਤੇ ਲਿਖਿਆ ਕਿੰਗ ਆਫ ਮਿਊਜ਼ਿਕ। ਮੈਂ ਹੈ ਨਹੀਂ, ਪਰ ਉਹਨਾਂ ਦਾ ਪਿਆਰ ਹੈ ਲੋਕਾਂ ਦਾ, ਜੋ ਇੱਦਾਂ ਲਿਖ ਕੇ ਕੇਕ ਲੈ ਕੇ ਆਏ ਮੇਰੇ ਲਈ, ਮੈਂ ਉਹਨਾਂ ਦਾ ਸ਼ੁਕਰ ਹੈ। ਤੁਸੀਂ 300 ਕੇਕ ਕੱਟਣ ਦੀ ਗੱਲ ਕੀਤੀ ਆ, ਅਸੀਂ ਦੇਖੀਆਂ ਕੱਲ੍ਹ ਦੀਆਂ ਵੀਡੀਓਸ, ਉਸ ਵਿੱਚ ਕੇਕ ਜਿਹੜੇ ਕੱਟੇ ਗਏ ਨਾ, ਉਹ ਖਾਧੇ ਘੱਟ ਗਏ, ਮੂੰਹ ਤੇ ਜ਼ਿਆਦਾ ਲਗਾਏ ਗਏ। ਉਹ ਵੀ ਦੱਸ ਦਿੰਦਾ, ਸਵਾਦ ਨਹੀਂ ਸੀ, ਉਹ ਵੀ ਮੈਂ ਦੱਸ ਦਿੰਦਾ, ਸਵਾਦ ਸੀਗੇ। ਮੈਂ ਉਹ ਕੇਕ ਤਾਂ ਮੈਂ ਕੱਟ ਹੀ ਰਿਹਾ ਸੀ, ਕਲੇਅਰ ਭਾਅ ਜੀ ਹੋਰੀ ਸਾਰੇ, ਕਲੇਅਰ ਕੰਠ ਜੀ, ਮਾਸ਼ਾ ਅਲੀ ਜੀ, ਕਮਲ ਖਾਨ, ਔਰ ਲੈਂਬਰ ਹੁਸੈਨਪੁਰੀ ਸਾਹਿਬ, ਹੋਰ ਬਹੁਤ ਸਾਰੇ ਕਲਾਕਾਰ ਮੇਰੇ ਭਰਾ, ਉਹ ਇਕੱਠੇ ਹੋਏ ਸੀ। ਪਤਾ ਨਹੀਂ ਉਹਨਾਂ ਦੇ ਕੀ ਮਾਇੰਡ 'ਚ ਆਇਆ, ਮੈਂ ਤਾਂ ਕੇਕ ਹੀ ਕੱਟ ਰਿਹਾ ਸੀ, ਪਿੱਛੋਂ ਦੀ ਇੱਕ ਹੱਥ ਐਸਾ ਆਇਆ, ਐਂ ਕਰ ਗਿਆ ਮੈਨੂੰ। ਮੈਂ ਕਿਹਾ ਚਲੋ ਹੁਣ ਜੇ ਕੇਕਾਂ ਦੀ ਹੋਲੀ ਖੇਡਣੀ ਹੈ ਤਾਂ ਉਹ ਫਿਰ ਅਸੀਂ ਸਾਰਿਆਂ ਨੇ ਕੰਪਲੀਟ ਨਹੀਂ ਹੁੰਦਾ ਜਦ ਤੱਕ ਕੇਕ ਫੇਸ ਤੇ ਨਾ ਲੱਗੇ। ਚਲੋ ਚਲੋ ਜੀ, ਸ਼ੁਕਰ ਹੈ ਮਾਲਕ ਦਾ, ਮੈਂ ਬਹੁਤ ਲੱਕੀ ਹਾਂ ਕਿ ਸਾਰਿਆਂ ਨੇ ਬਹੁਤ ਪਿਆਰ ਨਾਲ ਮੇਰਾ ਬਰਥਡੇ ਮਨਾਇਆ। ਸੋ ਜੇਕਰ ਆਪਾਂ ਫੇਵਰੇਟ ਕੇਕ ਦੀ ਗੱਲ ਕਰੀਏ, ਕਿਹੜਾ ਹੈਗਾ? ਮੇਰੇ ਸਾਰੇ ਫੇਵਰੇਟ ਹਨ। ਕੱਲ ਵਾਲਾ ਸਵਾਦ ਬੜਾ ਸੀ ਜਿਹੜਾ ਆਪਾਂ ਲੈ ਕੇ ਆਏ ਸੀ, ਕਿੱਥੇ ਉਹ ਕਿੱਥੇ ਆ, ਅਸੀਂ ਖਾ ਲਿਆ ਉਹ ਅੰਦਰ ਆ। ਓ ਵੈਰੀ ਗੁੱਡ। ਅੱਛਾ, ਤੁਹਾਡਾ ਨਵਾਂ ਗਾਣਾ ਆਇਆ ਇੱਕ ਤੇ ਪਿਆਰ ਜੀ, ਇਸ ਦੇ ਵਿੱਚ ਜ਼ਿਕਰ ਹੈ ਇੱਕ ਤੇ ਪਿਆਰ, ਦੂਜਾ ਬੇਸ਼ੁਮਾਰ, ਤੀਜਾ ਤੇਰੇ ਨਾਲ ਹੋ ਗਿਆ ਜੀ। ਸੋ ਸਲੀਮ ਦਾ ਬੇਸ਼ੁਮਾਰ ਪਿਆਰ ਕੌਣ ਹੈ ਦੱਸੋ, ਜਿਹੜਾ ਅੱਜ ਤੱਕ ਕਿਸੇ ਨੂੰ ਨਹੀਂ ਪਤਾ? ਮਿਊਜ਼ਿਕ ਸਾਰਿਆਂ ਨੂੰ ਹੀ ਪਤਾ, ਮੇਰਾ ਬੇਸ਼ੁਮਾਰ ਪਿਆਰ ਮਿਊਜ਼ਿਕ ਹੈ, ਔਰ ਮਿਊਜ਼ਿਕ ਤੋਂ ਬਿਨਾਂ ਸਲੀਮ ਅਧੂਰਾ ਹੈ ਬੰਦਾ ਆਪਣੇ। ਤਾਂ ਚਲੋ ਇਹ ਆਨਸਰ ਹੋ ਗਿਆ, ਉਹਦਾ ਕੌਣ ਹੈ? ਉਹਦਾ ਵੀ ਬੇਸ਼ੁਮਾਰ ਪਿਆਰ ਮਿਊਜ਼ਿਕ ਹੀ ਹੈ, ਫਸਟ ਲਵ ਮਿਊਜ਼ਿਕ ਹੀ ਹੈ ਜੀ, ਫਸਟ ਲਵ ਮਿਊਜ਼ਿਕ ਹੈ। ਓਕੇ, ਫਸਟ ਲਵ ਦੀ ਅਸੀਂ ਗੱਲ ਕਰਦੇ ਹਾਂ, ਕਿਉਂਕਿ ਪਿਆਰ ਤੁਸੀਂ ਦੱਸਿਆ ਕਿ ਮੇਰਾ ਮਿਊਜ਼ਿਕ ਹੈ, ਮਿਊਜ਼ਿਕ ਤੋਂ ਇਲਾਵਾ ਕੁਛ ਚੀਜ਼ ਆਪਾਂ ਪੁੱਛਾਂਗੇ ਕਿ ਉਹ ਪਹਿਲੀ ਵਾਰ ਜਦੋਂ ਹੋਈਆਂ ਸੀ ਤੁਹਾਨੂੰ ਯਾਦ ਹੈ? ਜੇਕਰ ਅਸੀਂ ਗੱਲ ਕਰੀਏ ਫਸਟ ਸਟੇਜ ਪਰਫਾਰਮੈਂਸ, ਉਹ ਯਾਦ ਹੈ ਤੁਹਾਨੂੰ? ਜੀ, ਬਠਿੰਡਾ ਦੂਰਦਰਸ਼ਨ ਦੀ ਓਪਨਿੰਗ ਸੈਰਾਮਨੀ ਤੇ ਮੈਂ ਚਰਖੀ ਦੀ ਘੁੱਗ ਗਿਆ ਸੀ। ਦੋ ਲਾਈਨਾਂ ਹੋ ਜਾਣ ਉਹਦੀਆਂ ਲਾਈਵ। ਉਹ ਮੇਰੇ ਦਿਲ ਵਿੱਚੋਂ ਉੱਠਦੀ ਏ ਹੂਕ, ਮਾਇਆ ਮੈਨੂੰ ਯਾਦ ਆਵਦਾ, ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ, ਮਾਇਆ ਮੈਨੂੰ ਯਾਦ ਆਵਦਾ। ਐਕਚੁਅਲੀ ਅਸੀਂ ਕੱਲ੍ਹ ਰੌਲਾ ਬਹੁਤ ਪਾਇਆ, ਉਹਦੇ ਨਾਲ ਮੇਰਾ ਗਲਾ ਥੋੜ੍ਹਾ ਜਿਹਾ। ਜੇ ਇਸ ਗਾਣੇ ਦੀ ਗੱਲ ਕਰੀਏ ਤਾਂ ਇਹ ਗਾਣੇ ਦਾ ਕਨਸੈਪਟ ਤੁਹਾਡੇ ਮਾਈਂਡ 'ਚ ਕਿੱਥੋਂ ਆਇਆ? ਇੱਕ ਤੇ ਪਿਆਰ ਦਾ, ਐਕਚੁਅਲੀ ਮੇਰੇ ਇੱਕ ਦੋਸਤ ਨੇ ਜਤਿੰਦਰ ਜੀਤੂ ਜੀ, ਮਿਊਜ਼ਿਕ ਡਾਇਰੈਕਟਰ, ਉਹਨਾਂ ਦੇ ਕੋਲ ਮੈਂ ਕੁਛ ਕੰਮ ਵਾਸਤੇ ਗਿਆ, ਕੋਈ ਗਾਣਾ ਡੱਬ ਕਰਨਾ ਸੀ। ਉਹਨਾਂ ਨੇ ਮੈਨੂੰ ਇੱਕ ਗਾਣਾ ਸੁਣਾਇਆ, ਉਹ ਗਾਣਾ ਹੋਰ ਸੀ ਜੀ। ਉਹ ਗਾਣਾ ਕਿਹੜਾ ਸੀ ਆਪਣਾ? ਪਹਿਲਾਂ ਮੇਰਾ ਹੋ ਕੇ, ਵੇ ਪਹਿਲਾਂ ਮੇਰਾ ਹੋ ਕੇ, ਵੇ ਮੇਰੀਆਂ ਨੀਂਦਾਂ ਖੋ ਕੇ, ਛੱਡ ਨਾ ਜਾਵੀਂ ਸੱਜਣਾ, ਮੈਂ ਮਰ ਜਾਣਾ ਰੋ ਰੋ ਕੇ, ਹੈ ਨਾ। ਅਤੇ ਉਹ ਗਾਣਾ ਮੈਨੂੰ ਬੜਾ ਪਸੰਦ, ਮੈਂ ਉਹਨੂੰ, ਉਹਨੇ ਮੈਨੂੰ ਸੁਣਾਇਆ ਭਾਅ ਜੀ ਨੇ, ਜੀਤੂ ਭਾਅ ਜੀ ਨੇ। ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਭਾਅ ਜੀ ਇਹ ਕਿਹਨੇ ਲਿਖਿਆ? ਕਹਿੰਦੇ ਕੰਪੋਜੀਸ਼ਨ ਕਿਹਦੀ ਆ? ਮੈਂ ਕਿਹਾ ਲਿਖਿਆ ਵੀ ਕਿਹਨੇ? ਕੰਪੋਜੀਸ਼ਨ ਕਿ? ਕਹਿੰਦੇ ਇੱਕ ਮੁੰਡਾ ਜੀ ਰਿੱਕੀ ਖਾਨ, ਅੱਛਾ, ਉਹਦੀ ਕੰਪੋਜੀਸ਼ਨ ਆ ਅਤੇ ਉਹਨੇ ਹੀ ਲਿਖਿਆ। ਮੈਂ ਕਿਹਾ ਯਾਰ ਮੈਂ ਉਹਨੂੰ ਮਿਲਣਾ ਚਾਹੁੰਦਾ। ਫਿਰ ਮੇਰੇ ਕੋਲ ਰਿੱਕੀ ਆਇਆ, ਰਿੱਕੀ ਨੇ ਮੈਨੂੰ ਪਹਿਲਾਂ ਫੋਨ ਕੀਤਾ ਬੜੇ ਪਿਆਰ ਨਾਲ, ਔਰ ਮੈਨੂੰ ਇੰਨੇ ਤਹਿਜ਼ੀਬ ਨਾਲ, ਇੰਨੀ ਅਕਲ ਨਾਲ, ਇੰਨੇ ਰਿਸਪੈਕਟ ਦੇ ਤਰੀਕੇ ਨਾਲ ਫੋਨ ਕੀਤਾ,
ਕਿ ਭਾਅ ਜੀ ਅਸੀਂ ਤਾਂ ਤੁਹਾਡੇ ਫੈਨ ਹਾਂ ਜੀ, ਤੁਹਾਡੇ ਧੰਨ ਭਾਗ ਸਾਡੇ, ਤੁਸੀਂ ਸਾਨੂੰ ਯਾਦ ਕੀਤਾ, ਤੁਸੀਂ ਮੈਨੂੰ ਮੇਰੀ ਤਾਰੀਫ ਕੀਤੀ। ਇਹ ਜਲੰਧਰ ਆਇਆ, ਅਸੀਂ ਜੀਤੂ ਭਾਅ ਜੀ ਕੋਲ ਫਿਰ ਦੁਬਾਰਾ ਇਕੱਠੇ ਹੋਏ, ਫਿਰ ਇੱਕ ਗਾਣਾ ਨਿਕਲਿਆ ਵਿੱਚੋਂ, ਕਰਨਾ ਪਹਿਲਾਂ ਹੋਰ ਰਿਲੀਜ਼ ਸੀ ਜਿਹੜਾ ਪਹਿਲਾਂ ਜਿਹਦਾ ਤੁਹਾਨੂੰ ਦੱਸਿਆ ਜੀ, ਪਰ ਰਿਲੀਜ਼ ਇਹ ਹੋਇਆ ਬਾਬੇ ਦਾ ਬਣ ਗਿਆ। ਹਾਂਜੀ, ਐਕਚੁਅਲੀ ਗਾਣਾ ਹੈ ਹੀ ਮੂੰਹੋਂ ਬੋਲਦਾ, ਮਤਲਬ ਇੱਕ ਤਾਂ ਉਹ ਚੀਜ਼ ਹੁੰਦੀ ਨਾ ਕਿ ਤੁਸੀਂ ਧੱਕੇ ਨਾਲ ਬਣਾ ਰਹੇ ਹਾਂ ਜੀ, ਨਹੀਂ ਨਹੀਂ ਮੇਰਾ ਗਾਣਾ ਅੱਛਾ ਜੀ, ਇਹਨੂੰ ਸੁਣੋ ਹੀ ਸੁਣੋ, ਆਹ ਕਰੋ ਜੀ, ਨਹੀਂ ਕੋਈ ਧੱਕਾ ਨਹੀਂ ਹੈ, ਨੈਚੁਰਲੀ ਵੇ ਹੈ ਯਾਰ, ਇਹ ਇਹ ਕੁਦਰਤੀ ਹੈ, ਜਿਹੜੀ ਚੀਜ਼ ਦਿਲ ਨੂੰ ਲੱਗ ਗਈ ਉਹ ਲੱਗ ਗਈ। ਇਸ ਗਾਣੇ ਨੂੰ ਬਣਨ ਦੇ ਵਿੱਚ ਕਿੰਨਾ ਕੁ ਟਾਈਮ ਲੱਗਾ? ਲੋਕੀ ਇਹ ਸਮਝਦੇ ਨੇ ਕਿ ਸਲੀਮ ਦਾ ਗਾਣਾ ਆਇਆ, 3 ਮਿੰਟ ਉਹਨੇ ਮਿਹਨਤ ਕੀਤੀ, 3 ਮਿੰਟ ਗਾਇਆ, ਪਰ ਐਕਚੁਅਲ ਦੇ ਵਿੱਚ ਕਿੰਨਾ ਟਾਈਮ ਲੱਗਾ ਸੀਗਾ ਇਸ ਗਾਣੇ? ਸਾਨੂੰ ਕਿੰਨਾ ਟਾਈਮ ਲੱਗਿਆ ਰਿੱਕੀ? 2.5 ਸਾਲ 3 ਸਾਲ। ਅੱਛਾ ਜੀ। ਹਾਂਜੀ, ਅਸੀਂ ਕਰਕੇ ਗਾਣਾ ਰੱਖਿਆ, ਪਹਿਲਾਂ ਤਾਂ ਅਸੀਂ ਕਨਸੈਪਟ ਸੋਚ ਰਹੇ, ਵੀਡੀਓ ਕੀ ਬਣਾਉਣਾ, ਕੀ ਬਣਾਉਣਾ, ਕੀ ਨਹੀਂ ਬਣਾਉਣਾ, ਕੀ ਕਰਨਾ, ਕੀ ਨਹੀਂ ਕਰਨਾ, ਫਿਰ ਡੱਬ ਕੀਤਾ, ਡੱਬ ਕਰਨ ਤੋਂ ਬਾਅਦ ਵੀਡੀਓ ਦੇ ਬਾਰੇ ਸੋਚਦੇ ਹੀ ਰਹੇ, ਸੋਚਦੇ ਰਹੇ, ਉਹ ਟਾਈਮ ਹੀ ਲੰਘ ਗਿਆ। ਫਿਰ ਫਿਰ ਹਨੇਰੀ ਐਸੀ ਆਈ ਗਾਣਿਆਂ ਦੀ, ਐਸੇ ਗਾਣੇ ਜਿਹੜੇ ਲੋਕਾਂ ਨੇ ਗਾਏ, ਮੈਂ ਜ਼ਿਕਰ ਨਹੀਂ ਕਰਦਾ ਉਹਨਾਂ ਦਾ, ਮੈਨੂੰ ਨਹੀਂ ਲੱਗਾ ਕਿ ਅਸੀਂ ਉਸ ਹਨੇਰੀ ਦੇ ਵਿੱਚ ਆਪਣੇ ਅੱਛੇ ਖੂਬਸੂਰਤ ਗਾਣੇ ਨੂੰ ਰਿਲੀਜ਼ ਕਰੀਏ। ਅਸੀਂ ਅੱਛੇ ਤਰੀਕੇ ਨਾਲ ਲਾਂਚ ਕਰਨਾ ਚਾਹੁੰਦੇ ਸੀ। ਗਾਣਾ ਕਦੀ ਵੀ ਪੁਰਾਣਾ ਨਹੀਂ ਹੁੰਦਾ, ਜਿਹੜੀ ਚੀਜ਼ ਤੁਸੀਂ ਦਿਲ ਨਾਲ ਬਣਾਈ ਹੋਵੇ ਉਹ ਕਦੀ ਵੀ ਪੁਰਾਣੀ ਨਹੀਂ ਹੁੰਦੀ, ਅਤੇ ਇਹ ਦਿਲ ਨਾਲ ਬਣਾਈ ਸੀ ਅਤੇ ਪੁਰਾਣੀ ਨਹੀਂ ਹੈ। ਇਹ ਭਾਵੇਂ ਅੱਜ ਦੀ ਬਜਾਏ ਅਸੀਂ 2 ਸਾਲ ਬਾਅਦ ਵੀ ਰਿਲੀਜ਼ ਕਰਦੇ, ਇਸ ਤੋਂ ਵੀ 2 ਸਾਲ ਬਾਅਦ ਰਿਲੀਜ਼ ਕਰਦੇ, ਤਾਂ ਵੀ ਇੰਨਾ ਹੀ ਪਿਆਰ ਮਿਲਣਾ। ਕੀ ਬਾਤ ਹੈ, ਕੀ ਬਾਤ ਹੈ। ਰਿੱਕੀ, ਜਦੋਂ ਤੁਸੀਂ ਇਹ ਗਾਣਾ ਲਿਖਿਆ ਉਦੋਂ ਤੁਹਾਡੇ ਮਾਈਂਡ ਵਿੱਚ ਕੀ ਚੱਲ ਰਿਹਾ ਸੀ? ਐਕਚੁਅਲੀ ਮੇਰਾ ਕਹਿਣਾ ਤਾਂ ਇਹ ਹੈ ਕਿ ਜੋ ਸ਼ਾਇਰ ਹੈ ਉਹਦੇ ਮਾਈਂਡ 'ਚ ਹਮੇਸ਼ਾ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ, ਉਹ ਕੁਛ ਨਾ ਕੁਛ ਲੱਭਦਾ ਰਹਿੰਦਾ, ਜਿੱਥੇ ਵੀ ਜਾਣਾ, ਜਿੱਥੇ ਵੀ ਬੈਠਣਾ ਉਹਨੇ ਉਹਨੇ ਕੁਛ ਨਾ ਕੁਛ ਸਰਚ ਕਰੀ ਜਾਣੀ। ਸੋ ਇਹ ਗਾਣਾ ਲਿਖਣਾ 3 ਤਰ੍ਹਾਂ ਦਾ ਹੁੰਦਾ, ਕੋਈ ਦੁੱਖ 'ਚ ਲਿਖਦਾ, ਕੋਈ ਸ਼ੌਂਕ ਨਾਲ ਲਿਖਦਾ, ਕਿਸੇ ਨੂੰ ਰੱਬ ਦੀ ਨਿਮਤ ਹੁੰਦੀ ਲਿਖਣ ਦੀ। ਕੀ ਬਾਤ ਹੈ। ਇਹ ਗਾਣਾ ਤੁਸੀਂ ਇਸ ਨੂੰ ਸੁਣ ਕੇ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਇਹ ਕਿਸ ਵੇ ਨਾਲ ਲਿਖਿਆ ਹੋਇਆ। ਕੋਈ ਸਪੈਸ਼ਲੀ ਨਹੀਂ ਸੀ, ਮੈਂ ਇਹ ਮੰਨਦਾ ਵੀ ਖੁਦਾ ਦੀ ਮਰਜ਼ੀ ਹੋਈ, ਉਹਨਾਂ ਨੇ ਮੇਰੀ ਡਿਊਟੀ ਲਾਈ ਤੇ ਮੈਥੋਂ ਲਿਖਵਾਇਆ ਤੇ ਉਹ ਭਾਜੀ ਕੋਲੇ ਪਹੁੰਚਿਆ ਤੇ ਉਹਨੂੰ ਉਹ ਇਹਨਾਂ ਦੇ ਕੋਲੇ ਆਉਣ ਕਰਕੇ ਹੀ ਉਸ ਗਾਣੇ ਦਾ ਮੁੱਲ ਸਾਡਾ ਪਿਆ, ਨਾਲੇ ਸਾਡੇ ਗਾਣੇ। ਮਿਹਰਬਾਨੀ, ਸ਼ੁਕਰੀਆ। ਰਿੱਕੀ ਬਹੁਤ ਜ਼ਿਆਦਾ ਪਾਪੂਲਰ ਹੈ ਪਹਿਲਾਂ ਦਾ ਹੀ, ਬਹੁਤ ਸਾਰੇ ਗਾਣੇ ਮਾਲਕ ਦੀ ਮਰਜ਼ੀ ਨਾਲ, ਉਹਦੀ ਕਿਰਪਾ ਨਾਲ। ਮੈਂ ਇਹੀ ਚਾਹੁੰਦਾ ਕਿ ਆਡੀਅੰਸ ਨੂੰ ਪਤਾ ਚੱਲੇ ਕਿ ਰਿੱਕੀ ਖਾਨ ਨੇ ਇਸ ਗਾਣੇ ਤੋਂ ਪਹਿਲਾਂ ਕਿਹੜੇ ਕਿਹੜੇ ਗਾਣੇ ਲਿਖੇ ਨੇ, ਦੱਸੋ ਜੀ ਰਿੱਕੀ ਖਾਨ ਜੀ। ਪਹਿਲਾਂ ਸਭ ਤੋਂ ਪਹਿਲਾਂ ਸਾਡਾ ਗਾਣਾ ਜੋ ਕਿ ਜਿਹਨੂੰ ਕਿ ਸਭ ਨੇ ਹੀ ਬਹੁਤ ਪਿਆਰ ਦਿੱਤਾ, ਤੂੰ ਸੱਜਣਾ ਰੱਬ ਦੇ ਨਾਂ ਵਰਗਾ, ਤੇ ਆਉਂਦੇ ਜਾਂਦੇ ਸਾਹ ਵਰਗਾ, ਉਸ ਗਾਣੇ ਨੇ ਸਾਨੂੰ ਬਣਾਇਆ। ਜੀ ਖਾਨ ਤੇ ਖਾਨ ਸਾਹਿਬ ਨੇ ਗਾਇਆ, ਉਹਨਾਂ ਨੇ ਉਹ ਗਾਣਾ ਗਾਇਆ ਸੀ ਤੇ ਉਸ ਮੈਂ ਮੰਨਦਾ ਵੀ ਉਸ ਗਾਣੇ ਵਰਗਾ ਨਾ ਉਸ ਤੋਂ ਬਾਅਦ ਮੈਥੋਂ ਲਿਖਿਆ ਗਿਆ ਤੇ ਨਾ ਲਿਖਾ ਹੋਣਾ ਭਾਜੀ। ਨਹੀਂ ਯਾਰ, ਇੱਕ ਤੇ ਪਿਆਰ ਉਹਦੇ ਨਾਲ ਵਧੀਆ, ਏਦਾਂ ਨਹੀਂ ਕਹਿਣਾ ਤੂੰ। ਇਹ ਗਿਆ ਠੀਕ ਹੈ, ਠੀਕ ਹੈ, ਗੱਲ ਭਾਜੀ ਇਹ ਜੋ ਤੁਸੀਂ ਕਿਹਾ ਉਹ ਸੱਚ ਹੈ। ਇਸ ਗਾਣੇ ਤੇ ਫੇਵਰਿਟ ਲਾਈਨਸ ਤੁਹਾਡੀਆਂ ਕਿਹੜੀਆਂ? ਇੱਕ ਤੇ ਪਿਆਰ ਦੀਆਂ, ਮੈਂ ਨਾ ਮੈਂ ਬਿਲਕੁਲ ਹੁਣ ਵੀ ਤੁਸੀਂ ਦੇਖੋ, ਆਹ ਦੇਖੋ ਤੁਸੀਂ ਦੇਖ ਰਹੇ ਹੋ, ਮੈਂ ਓਹੋ ਹੋ ਹੋ ਲੂਈ ਕੰਡੇ ਕਹਿੰਦੇ, ਆਹ ਦੇਖੋ, ਆਹ ਦੇਖੋ, ਮੈਂ ਹੈਰਾਨ ਹੋ ਗਿਆ ਸੀ। ਉਹ ਗਾਣਾ ਸਥਾਈ ਤਾਂ ਹੈ ਹੀ ਹੈ, ਕਮਾਲ, ਇੱਕ ਤੇ ਪਿਆਰ, ਦੂਜਾ ਬੇਸ਼ੁਮਾਰ, ਤੀਜਾ ਤੇਰੇ ਨਾਲ ਹੋ ਗਿਆ, ਉਹ ਤਾਂ ਹੈ ਹੀ ਹੈ। ਅੰਤਰਾ ਇਹਦੇ 'ਚ ਹੈਗਾ ਕਿ ਸੌਂ ਤੇਰੀ ਲੱਗੇ ਰਿੱਕੀ ਖਾਨ ਨੇ, ਭੁੱਲਿਆ ਸੀ ਜੱਗ ਤੇਰੇ ਪਿੱਛੇ, ਗਲ ਲੱਗ ਰੋਂਦੇ ਉਹ ਵਾਅਦੇ ਮੇਰੇ ਕੀਤੇ ਜਿਹੜੇ ਲੱਗ ਤੇਰੇ ਪਿੱਛੇ। ਇਸ ਤੋਂ ਬਾਅਦ ਜਿਹੜੀਆਂ ਲਾਈਨਾਂ ਸੀ ਨਾ, ਉਹਨੇ ਮੇਰਾ ਦਿਮਾਗ ਖਰਾਬ ਕਰ, ਉਹੀ ਹੋ ਜਾਣ ਭਾਜੀ ਫਿਰ ਲਾਈਨਾਂ, ਉਹ ਸੀਗਾ ਸੌਂ ਤੇਰੀ ਲੱਗੇ ਰਿੱਕੀ ਖਾਨ ਨੇ, ਭੁੱਲਿਆ ਸੀ ਜੱਗ ਤੇਰੇ ਪਿੱਛੇ, ਗਲ ਲੱਗ ਰੋਂਦੇ ਉਹ ਵਾਅਦੇ ਮੇਰੇ ਕੀਤੇ ਜਿਹੜੇ ਲੱਗ ਤੇਰੇ ਪਿੱਛੇ, ਮੇਰਾ ਪਿਆਰ ਤੇਰੇ ਲਈ, ਮੇਰੇ ਯਾਰ ਤੇਰੇ ਲਈ, ਹਰ ਵਾਰ ਤੇਰੇ ਲਈ ਕਿਉਂ ਸਵਾਲ ਹੋ ਗਿਆ, ਇੱਕ ਤੇ ਪਿਆਰ, ਦੂਜਾ ਬੇਸ਼ੁਮਾਰ, ਤੀਜਾ ਤੇਰੇ ਨਾਲ ਹੋ ਗਿਆ, ਇੱਕ ਤੇ ਪਿਆਰ, ਦੂਜਾ ਬੇਸ਼ੁਮਾਰ,
ਪਿਆਰ ਤੀਜਾ ਤੇਰੇ ਨਾਲ ਇਹ ਗਾਣਾ ਕੱਲ ਰਿਲੀਜ਼ ਹੋਇਆ ਹਾਂਜੀ ਸੋ ਭਾਬੀ ਜੀ ਨੇ ਕਿੰਨੀ ਵਾਰ ਸੁਣ ਚੁੱਕੇ ਤੁਹਾਡੇ ਮੂੰਹ ਪਸੰਦ ਗੱਡੀ ਕਰਨ ਗਏ ਸੀ ਰੇਂਜ ਰੋਵਰ ਅੱਛਾ ਜੀ ਇਹ ਉਹਨਾਂ ਦੀ ਕਾਰ ਹੈ ਲੈਂਡ ਰੋਵਰ ਵਾਲਿਆਂ ਦੀ ਹੀ ਕਾਰ ਹੈ ਮੈਂ ਐਕਚੁਲੀ ਆਈ ਲਵ ਕਾਰਸ ਮੈਨੂੰ ਕਾਰਸ ਬਹੁਤ ਚੰਗੀਆਂ ਲੱਗਦੀਆਂ ਨੇ ਮੇਰਾ ਸ਼ੌਕ ਹੈ ਪਹਿਲਾਂ ਉਹਦੇ ਕਾਬਲ ਨਹੀਂ ਸੀ ਫਿਰ ਰੱਬ ਨੇ ਬਣਾਇਆ ਮਿਹਨਤ ਕੀਤੀ ਮੈਂ ਕਾਰ ਦੀ ਫੋਟੋ ਪਾਈ ਨਾ ਫੇਸਬੁੱਕ 'ਤੇ ਬਹੁਤ ਸਾਰੇ ਕਮੈਂਟ ਆਏ ਕਹਿੰਦੇ ਸ਼ੋਅ ਆਫ ਕਿਉਂ ਕਰ ਰਹੇ ਹੋ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਸ਼ੋਅ ਆਫ ਨਹੀਂ ਹੈ ਮੈਂ ਆਪਣੀ ਜਿਹੜੀ ਮਿਹਨਤ ਕੀਤੀ ਹੈ ਜਿਹੜੇ ਮੈਂ ਆਪਣੇ ਗਿੱਟੇ ਗੋਡੇ ਰਗੜੇ ਨੇ ਨਾ ਮਿਹਨਤ ਦੇ ਵਿੱਚ ਮੈਂ ਉਹ ਦੱਸਣਾ ਚਾਹੁੰਦਾ ਲੋਕਾਂ ਨੂੰ ਕਿ ਮਿਹਨਤ ਕਰਨ ਨਾਲ ਸਭ ਕੁਛ ਮਿਲ ਜਾਂਦਾ ਜਿਹੜੀ ਚੀਜ਼ ਸੋਚੀ ਹੋਵੇ ਉਹ ਵੀ ਜਿਹੜੀ ਨਾ ਸੋਚੀ ਹੋਵੇ ਉਹ ਵੀ ਜੈਗੋਆਰ ਦੀ ਬਜਾਏ ਮੈਂ ਲੈਣ ਗਿਆ ਸੀ ਉਹ ਕਿ ਉਹਨੂੰ ਕਹਿੰਦੇ ਆ ਰੇਂਜ ਰੋਵਰ ਸਪੋਰਟਸ ਮਾਡਲ ਹੈ ਨਾ ਅਤੇ ਇਹ ਲਾਗੇ ਖੜੀ ਸੀ ਮੈਂ ਕਿਹਾ ਯਾਰ ਸਾਰੀਆਂ ਗੱਡੀਆਂ ਜਿਹੜੀਆਂ ਅਸੀਂ ਲੈਂਦੇ ਹਾਂ ਉਹ ਐਸ ਯੂ ਵੀਜ਼ ਨੇ ਹੈ ਨਾ ਅਸੀਂ ਇਸ ਕਰਕੇ ਲੈਂਦੇ ਹਾਂ ਯਾਰ ਥੋੜ੍ਹੀ ਜਿਹੀ ਉੱਚੀ ਗੱਡੀ ਹੈ ਚਲੋ ਇਹ ਪ੍ਰੋਗਰਾਮਾਂ 'ਤੇ ਜਾਂਦੇ ਹਾਂ ਜਾਂ ਕਿਤੇ ਜਿੱਦਾਂ ਦੇ ਇੰਡੀਆ ਦੇ ਰੋਡਸ ਨੇ ਉਹਦੇ ਹਿਸਾਬ ਨਾਲ ਰੇਂਜ ਰੋਵਰ ਠੀਕ ਹੈ ਥੋੜ੍ਹਾ ਉੱਚੀ ਹੈ ਨਾ ਪਰ ਉੱਥੇ ਇੱਕ ਬੰਦਾ ਸੀ ਉਹ ਕਹਿੰਦਾ ਭਾਅ ਜੀ ਜਿੱਦਾਂ ਦੀ ਤੁਹਾਡੀ ਸ਼ਖਸੀਅਤ ਹੈ ਜਿੱਦਾਂ ਦੀ ਤੁਸੀਂ ਹੋ ਉਹਦੇ ਲਈ ਇਹ ਕਾਰ ਬੈਸਟ ਹੈ ਨਾ ਤੁਸੀਂ ਇੱਕ ਵਾਰੀ ਦੇਖ ਲਓ ਮਹਿੰਗੀ ਜ਼ਰੂਰ ਹੈ ਪਰ ਇੱਕ ਵਾਰੀ ਦੇਖ ਲਓ ਮੈਂ ਜਦੋਂ ਦੇਖੀ ਕਾਰ ਮੈਨੂੰ ਬੜੀ ਚੰਗੀ ਲੱਗੀ ਉਹਦਾ ਅੰਦਰਲਾ ਜਿਹੜਾ ਇੰਟੀਰੀਅਰ ਜਿਹਨੂੰ ਕਹਿੰਦੇ ਆਪਾਂ ਉਹ ਬੜਾ ਪਿਆਰਾ ਹੈ ਹਰ ਕਾਰ ਪਿਆਰੀ ਹੈ ਬਸ ਕਰਤਾਰ ਜਿਹੜਾ ਨਾ ਉਹ ਕਰਮ ਨਵਾਜ਼ੀ ਕਰੇ ਫਿਰ ਸਾਰੀਆਂ ਕਾਰਾਂ ਤੁਹਾਡੇ ਕੋਲ ਆ ਜਾਂਦੀਆਂ ਨੇ ਕਾਰ ਤਾਂ ਤੁਸੀਂ ਲੈ ਲਈ ਤੁਹਾਡਾ ਫੇਵਰੇਟ ਗੇੜੀ ਰੂਟ ਕਿਹੜਾ ਗੇੜੀ ਰੂਟ ਕੁੜੀ ਕਹਿੰਦੀ ਪਹਿਲਾਂ ਜੈਗੁਆਰ ਲੈ ਲਓ ਫਿਰ ਜਿੰਨਾ ਮਰਜ਼ੀ ਪਿਆਰ ਲੈ ਲਓ ਮੇਰਾ ਗੇੜੀ ਰੂਟ ਮੇਰਾ ਪ੍ਰੋਗਰਾਮ ਰੂਟ ਹੀ ਹੁੰਦਾ ਜੀ ਗੇੜੀ ਜਲੰਧਰ ਦੀ ਗੱਲ ਕਰੀਏ ਆਪਣੇ ਜਲੰਧਰ ਦੀ ਕੀ ਕਰਨਾ ਪਸੰਦ ਕਰਦੇ ਮੈਂ ਫ੍ਰੀ ਟਾਈਮ 'ਚ ਮੈਂ ਸੌਣਾ ਪਸੰਦ ਕਰਦਾ ਮੈਂ ਦੱਸੋ ਸਾਰਿਆਂ ਨੂੰ ਤੁਸੀਂ ਕਿੱਥੇ ਗੇੜੀ ਮਾਰਨ ਨਿਕਲਦੇ ਹੋ ਮੈਂ ਆਪਾਂ ਝੂਟਾ ਲੈਣਾ ਬਿਲਕੁਲ 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 ਤਾਨੀਆ ਜੀ ਤੇ ਭਾਜੀ ਹੁਣੀ ਪ੍ਰੀਤ ਮੀਤ ਮੀਤ ਨਾਲ ਪ੍ਰੀਤ ਅਸੀਂ ਝੂਟਾ ਬਿਲਕੁਲ ਇਹਨਾਂ ਦੇਣਾ ਜਿਹੜਾ ਕੈਮਰਾ ਚਲਾ ਰਿਹਾ ਉਹ ਵੀ ਮੇਰਾ ਭਰਾ ਹੈ ਮੇਰੇ ਮਹੱਲੇ ਦਾ ਹੈ ਤੇ ਉਹਨੂੰ ਵੀ ਝੂਟਾ ਦੇਣਾ ਅਸੀਂ ਤੇ ਤੁਸੀਂ ਜ਼ਰੂਰ ਝੂਟਾ ਲਿਓ ਜੀ ਮੈਨੂੰ ਕੀ ਕਿਹਾ ਸੀ ਤੁਸੀਂ ਮੈਨੂੰ ਚੇਤਾ ਭੁੱਲਿਆ ਗੇੜੀ ਰੂਟ ਜਿਹੜੇ ਜਲੰਧਰ ਵਿੱਚ ਵੱਸਦੇ ਨੇ ਉਹਨਾਂ ਦਾ ਕਿਹੜਾ ਗੇੜੀ ਰੂਟ ਹੋਏਗਾ ਮਾਡਲ ਟਾਊਨ ਹੀ ਹੁੰਦਾ ਉੱਥੇ ਲੈ ਕੇ ਮਾੜਾ ਮੋਟਾ ਘੁੰਮ ਲਈਦਾ ਚਲੋ ਸ਼ੁਕਰ ਹੈ ਮਾਲਕ ਦਾ ਵੈਸੇ ਜਿਹੜਾ ਗੇੜੀ ਰੂਟ ਮੇਰਾ ਉਹ ਪ੍ਰੋਗਰਾਮ ਹੀ ਹੈ ਜਿੱਦਣ ਲੈ ਕੇ ਆਉਂਦੇ ਉਸ ਤੋਂ ਬਾਅਦ ਪ੍ਰੋਗਰਾਮ 'ਤੇ ਲੈ ਗਏ ਉਹਨੂੰ ਉਹੀ ਗੇੜੀ ਰੂਟ ਹੈ ਹੋਰ ਕੋਈ ਨਹੀਂ ਪ੍ਰੋਗਰਾਮ ਦੀ ਗੱਲ ਕਰਦੇ ਹਾਂ ਕੁਝ ਲੋਕਾਂ ਦਾ ਇਹ ਮੰਨਣਾ ਹੈਗਾ ਕਿ ਸਲੀਮ ਨੂੰ ਔਨ ਸਟੇਜ ਗੁੱਸਾ ਬਹੁਤ ਆਉਂਦਾ ਜਦੋਂ ਪ੍ਰੋਗਰਾਮ ਕਰਨ ਜਾਂਦਾ ਇਹਦੇ ਬਾਰੇ ਕੀ ਕਹਿਣਾ ਚਾਹੋ ਨਹੀਂ ਮੈਨੂੰ ਗੁੱਸਾ ਨਹੀਂ ਆਉਂਦਾ ਤੁਸੀਂ ਮਿਹਨਤ ਕਰ ਰਹੇ ਹੋ ਤੁਸੀਂ ਕੋਈ ਚੀਜ਼ ਸੁਣਾਉਣਾ ਚਾਹੁੰਦੇ ਹੋ ਤੁਸੀਂ ਬਹੁਤ ਪਿਆਰ ਨਾਲ ਅੰਦਰੋਂ ਬਣਾਈ ਹੈ ਜਦੋਂ ਤੁਹਾਡੀ ਉਹ ਚੀਜ਼ ਨੂੰ ਸੁਣਦੇ ਹੋਏ ਵੀ ਬੰਦਾ ਕੋਈ ਟਿੱਚਰ ਕਰੇ ਤੇ ਤੁਹਾਨੂੰ ਗੁੱਸਾ ਆਏਗਾ ਆਏਗਾ ਨਾ ਮੈਂ ਕੋਈ ਲੜਨ ਲਈ ਥੋੜ੍ਹੀ ਜੰਮਿਆ ਯਾਰ ਮੈਂ ਸਿੰਗਰ ਹਾਂ ਮੈਂ ਬਹੁਤ ਸਾਰੇ ਮੈਸੇਜ ਪਿਆਰ ਦੇ ਦਿੱਤੇ ਨੇ ਹਮੇਸ਼ਾ ਹੀ ਸਾਰਾ ਸਾਰਾ ਦਿਨ ਪਿਆਰ ਦਾ ਮੈਸੇਜ ਹੈ ਠੀਕ ਹੈ ਜੀ ਉਸ ਤੋਂ ਬਾਅਦ ਉਸ ਕੁੜੀ ਦੀ ਵੀ ਕੋਈ ਮਜਬੂਰੀ ਹੋਵੇਗੀ ਪਿਆਰ ਦਾ ਮੈਸੇਜ ਹੈ ਯਾਰ ਦੀ ਦੀਵਾਨੀ ਸਰਕਾਰ ਦੀ ਦੀਵਾਨੀ ਪਿਆਰ ਦਾ ਮੈਸੇਜ ਹੈ ਇੱਕ ਤੇ ਪਿਆਰ ਦੂਜਾ ਬੇਸ਼ੁਮਾਰ ਤੀਜਾ ਤੇਰੇ ਨਾਲ ਪਿਆਰ ਦਾ ਮੈਂ ਤਾਂ ਮੈਸੇਜ ਹੀ ਪਿਆਰ ਦੇ ਦਿੰਦਾ ਮੈਂ ਲੜਾਈ ਵਾਲਾ ਹੈ ਹੀ ਨਹੀਂ ਮੈਂ ਲੜਨ ਜੋਗਾ ਹੈ ਹੀ ਨਹੀਂ ਕਿਸੇ ਨਾਲ ਜਿਹੜੇ ਦਰਸ਼ਕ ਮੈਨੂੰ ਪਿਆਰ ਕਰਦੇ ਨੇ ਮੈਂ ਉਹਨਾਂ ਨਾਲ ਜ਼ਿਆਦਾ ਪਿਆਰ ਕਰਦਾ ਮੈਂ ਬਣਾਇਆ ਹੀ ਇਹਨਾਂ ਦੇ ਸਿਰ 'ਤੇ ਹਾਂ ਮੈਨੂੰ ਇਹਨਾਂ ਨੇ ਬਣਾਇਆ ਪਰ ਕੁਛ ਕੁ ਐਸੇ ਉਹ ਦਰਸ਼ਕ ਨਹੀਂ ਹੁੰਦੇ ਉਹ ਬਸ ਸਿਰਫ ਪ੍ਰੋਗਰਾਮ 'ਤੇ ਇਸੇ ਕਰਕੇ ਆਏ ਹੁੰਦੇ ਸਾਨੂੰ ਏਦਾਂ ਕਿਉਂ ਕਹਿੰਦੇ
ਫਿਰ ਮੇਰੇ ਦਿਮਾਗ 'ਚ ਜਾਂ ਮੈਨੂੰ ਗੁਰਦਾਸ ਭਾਜੀ ਨੇ ਕਿਹਾ, ਗੁਰਦਾਸ ਮਾਨ ਸਾਹਿਬ ਨੇ, ਕਹਿੰਦੇ ਤੂੰ ਆਪਣੀ ਚਾਲ ਚੱਲਦਾ ਰਿਹਾ ਕਰ, ਬਾਕੀ ਕੋਈ ਨਹੀਂ, ਬਾਕੀ ਸਾਈਂ ਜੀ ਤਾਂ ਛੱਡ ਦੇ। ਮੈਂ ਕਿਹਾ ਜੀ ਠੀਕ ਹੈ, ਮੈਂ ਕੁਛ ਵੀ ਨਹੀਂ ਕਹਿੰਦਾ ਹੁਣ। ਵਾਇਰਲ ਵੀਡੀਓ ਦੀ ਹੀ ਗੱਲ ਕਰਦੇ, ਇੱਕ ਨਾ ਵੀਡੀਓ ਤੁਹਾਡਾ ਬਹੁਤ ਵਾਇਰਲ ਹੋਇਆ ਸੀਗਾ, ਜਿਸ ਦੇ ਵਿੱਚ ਮਤਲਬ ਤੁਸੀਂ ਰੋਕ ਵੀ ਰਹੇ ਹੋ ਕਿਸੇ ਨੂੰ ਕਿ ਇੱਦਾਂ ਨਾ ਕਰ, ਪਾਣੀ ਪੈਰਾਂ ਦੇ ਨਾਲ ਗਾ, ਉਹਨੇ ਉਹ ਪਾਣੀ ਪੀਤਾ। ਇਸ ਨੂੰ ਲੈ ਕੇ ਬਹੁਤ ਜ਼ਿਆਦਾ ਮਤਲਬ ਕ੍ਰਿਟੀਸਿਜ਼ਮ ਹੋਇਆ ਕਿ ਸਲੀਮ ਨੇ ਇਹ ਗਲਤ ਕੀਤਾ ਹੈਗਾ, ਬਹੁਤ ਲੋਕਾਂ ਨੇ ਤੁਹਾਨੂੰ ਇੱਦਾਂ ਰੀਫੇਮ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਤੁਸੀਂ ਵੀਡੀਓ 'ਚ ਮਨਾ ਵੀ ਕਰ ਰਹੇ ਹੋ। ਹਾਂਜੀ, ਇਸ ਬਾਰੇ ਕੀ ਵਿਚਾਰ ਹੈ ਤੁਹਾਡੇ, ਕੀ ਆਡੀਅੰਸ ਨੂੰ ਕਹਿਣਾ? ਇਸ ਬਾਰੇ ਕੋਈ ਵਿਚਾਰ ਨਹੀਂ, ਸਿਰਫ ਇੰਨਾ ਕਹਿਣਾ ਚਾਹਾਂਗਾ ਮੈਂ ਖੁਦ ਇਸ ਚੀਜ਼ ਨੂੰ ਪਸੰਦ ਨਹੀਂ ਕਰਦਾ, ਪਰ ਜਿਹੜੇ ਪਿਆਰ ਕਰਨ ਵਾਲੇ ਨੇ, ਹੁਣ ਕੱਲ ਬਰਥਡੇ ਸੀ, ਉਹਨਾਂ ਨੇ ਐਸੇ ਐਸੇ ਗਿਫਟ ਮੈਨੂੰ ਲਿਆ ਕੇ ਦਿੱਤੇ। ਤੁਸੀਂ ਰਿੱਕੀ ਨੂੰ ਪੁੱਛੋ, ਮੈਂ ਥੋੜੀ ਕਿਹਾ ਕਿ ਤੁਸੀਂ ਇਹਦੇ 'ਤੇ ਲਿਖੋ ਦਾ ਕਿੰਗ ਆਫ ਮਿਊਜ਼ਿਕ, ਮੈਂ ਤਾਂ ਕਹਿੰਦਾ ਹੀ ਨਹੀਂ। ਮੈਂ ਥੋੜੀ ਭਰਾਵਾ ਤੈਨੂੰ ਇਹ ਕਹਿ ਰਿਹਾ ਕਿ ਤੂੰ ਪਾਣੀ ਪੀ, ਮੈਂ ਉਦੋਂ ਵੀ ਮਨਾ ਕਰ ਰਿਹਾ ਸੀ, ਮੈਂ ਅੱਜ ਵੀ ਮਨਾ ਕਰ ਰਿਹਾ ਔਰ ਕੱਲ ਵੀ ਮਨਾ ਕਰਾਂਗਾ, ਮੇਰਾ ਉਹਦੇ 'ਚ ਕੋਈ ਕਸੂਰ ਸੀਗਾ ਹੀ ਨਹੀਂ। ਪਰ ਬਹੁਤ ਸਾਰੇ ਲੋਕਾਂ ਨੇ ਮੇਰਾ ਸਪੋਰਟ ਵੀ ਕੀਤਾ ਕਿ ਭਾਜੀ ਦੀ ਕੋਈ ਗਲਤੀ ਨਹੀਂ, ਕੋਈ ਕਸੂਰ ਨਹੀਂ, ਤੇ ਬਹੁਤ ਸਾਰੇ ਲੋਕ ਜਿਹੜੇ ਫੇਸਬੁੱਕੀਏ ਨੇ ਭਰਾ ਸਾਡੇ, ਜਿਨ੍ਹਾਂ ਨੂੰ ਸਿਰਫ ਫੇਸਬੁੱਕ ਤੇ ਗਾਲਾਂ ਕੱਢਣੀਆਂ ਆਉਂਦੀਆਂ, ਕੰਮ ਉਹਨਾਂ ਕੋਲ ਹੈ ਨਹੀਂ, ਉਹਨਾਂ ਨੇ ਗਾਲਾਂ ਵੀ ਕੱਢੀਆਂ, ਤੇ ਦੋਨੋਂ ਚੀਜ਼ਾਂ ਅਸੈਪਟ ਹੈ ਜੀ, ਨੋ ਪ੍ਰੋਬਲਮ। ਮੈਂ ਕੋਸ਼ਿਸ਼ ਕਰਾਂਗਾ ਕਿ ਉਹ ਜਿਹੜੀਆਂ ਗਾਲਾਂ ਮੈਂ ਪਿਆਰ ਦੇ ਵਿੱਚ ਤਬਦੀਲ ਕਰ ਸਕਾਂ, ਮੈਂ ਉਹਨਾਂ ਗਾਲਾਂ ਨੂੰ ਪਿਆਰ ਦੇ ਵਿੱਚ ਤਬਦੀਲ ਕਰ ਸਕਾਂ, ਹੋਰ ਕੁਛ ਨਹੀਂ। ਤੁਸੀਂ ਗਿਫਟਸ ਦੀ ਗੱਲ ਕੀਤੀ, ਕੱਲ ਸਭ ਤੋਂ ਫੇਵਰੇਟ ਗਿਫਟ ਕਿਹੜਾ ਆਇਆ ਤੁਹਾਡਾ? ਮੈਨੂੰ ਇੱਕ ਗਣੇਸ਼ ਮਹਾਰਾਜ ਜੀ ਦੀ ਪ੍ਰਤਿਮਾ ਦੇ ਕੇ ਗਿਆ ਕੋਈ ਬੰਦਾ, ਤੇ ਉਹ ਕਹਿੰਦੇ ਨੇ ਕਿ ਗੁਰਗੁੰਗੇ ਗੁਰਬਾਵਰੇ ਗੁਰਾ ਕੇ ਰਹੀਏ ਦਾਸ, ਜੇ ਗੁਰ ਭੇਜੇ ਨਰਕ ਨੂੰ ਮਤ ਸਵਰਗ ਕੀ ਰੱਖੀਏ ਆਸ। ਕੀ ਪਤਾ ਉਹਨੇ ਤੁਹਾਡਾ ਨਰਕ 'ਚ ਸਵਰਗ ਕੀਤਾ ਹੋਵੇ, ਹੈ ਨਾ। ਤੇ ਉਹ ਗਣੇਸ਼ ਮਹਾਰਾਜ ਜੀ ਦੀ ਮੂਰਤੀ ਹੈ, ਹਰ ਕੰਮ ਸ਼੍ਰੀ ਗਣੇਸ਼ ਕਹਿੰਦੇ ਨਾ ਕਿ ਯਾਰ ਸ਼੍ਰੀ ਗਣੇਸ਼ ਕਰੋ, ਹਰ ਕੰਮ ਉਹਨਾਂ ਤੋਂ ਸ਼ੁਰੂ ਹੁੰਦਾ ਹੈ। ਤੇ ਉਹ ਗਣੇਸ਼ ਮਹਾਰਾਜ ਜੀ ਦੀ ਬਹੁਤ ਸੋਹਣੀ ਪ੍ਰਤਿਮਾ ਕੋਈ ਬੱਚਾ ਲੈ ਕੇ ਆਇਆ ਕੋਈ ਦਿੱਲੀ ਤੋਂ ਸੀ, ਤੇ ਉਹ ਹੁਣ ਵੀ ਮੇਰੇ ਆਫਿਸ 'ਚ ਪਈ ਹੈ, ਮੈਂ ਆਫਿਸ 'ਚ ਰੱਖੀ ਹੈ। ਬਹੁਤ ਖੂਬਸੂਰਤ ਮੂਰਤੀ ਹੈ, ਹੈ ਨਾ। ਮੇਰੇ ਲਈ ਉਹ ਸਭ ਤੋਂ ਕੀ ਕਹਿੰਦੇ ਇੱਕ ਲਫ਼ਜ਼ ਹੈ ਇੰਗਲਿਸ਼ ਦਾ, ਪ੍ਰੈਸ਼ੀਅਸ, ਪ੍ਰੈਸ਼ੀਅਸ, ਉਹ ਗਿਫਟ ਹੈ। ਓਕੇ, ਅਸੀਂ ਗਿਫਟ ਦੀ ਹੀ ਗੱਲ ਕਰਦੇ ਹਾਂ, ਇਹ ਕੱਲ੍ਹ ਤੇ ਤੁਹਾਡੇ ਲਈ ਉਹ ਜਿਹੜਾ ਪ੍ਰੀਸ਼ੀਅਸ ਗਿਫਟ ਤੁਸੀਂ ਦੱਸ ਦਿੱਤਾ, ਪਰ ਅੱਜ ਤੱਕ ਇੰਨੇ ਜਨਮਦਿਨ ਤੁਸੀਂ ਸੈਲੀਬ੍ਰੇਟ ਕਰ ਚੁੱਕੇ ਹੋ, ਕਿਹੜਾ ਗਿਫਟ ਹੈ ਜਿਹੜਾ ਤੁਸੀਂ ਭੁਲਾਇਆ ਨਹੀਂ ਭੁੱਲਦੇ ਕਿ ਯਾਰ ਇਹ ਤਾਂ ਮੈਂ ਕਦੇ ਨਹੀਂ ਭੁੱਲ ਸਕਦਾ? ਲੋਕਾਂ ਦਾ ਪਿਆਰ। ਕਿਆ ਬਾਤ ਹੈ, ਹਰ ਬਰਥਡੇ ਤੇ ਬਹੁਤ ਪਿਆਰ ਭਰੇ ਮੈਸੇਜ ਆਉਂਦੇ ਨੇ, ਵਿਸ਼ਿਜ਼ ਆਉਂਦੀਆਂ ਨੇ ਗਿਫਟ ਗੁਫਟ ਦੇ ਨਾਲੋਂ। ਚਲੋ ਉਹ ਤਾਂ ਗਣੇਸ਼ ਮਹਾਰਾਜ ਦੀ ਪ੍ਰਤਿਮਾ ਹੈ, ਉਹ ਤਾਂ ਸਾਡੇ ਗੋਡ ਨੇ, ਉਹ ਤਾਂ ਗੱਲ ਹੀ ਸੁਪਰੀਮ ਪਾਵਰ ਨੇ ਨਾ, ਉਹਨਾਂ ਦੀ ਤਾਂ ਗੱਲ ਹੀ ਅਲੱਗ ਹੈ। ਪਰ ਬਾਕੀ ਚੀਜ਼ਾਂ ਨਾਲੋਂ ਜਿਹੜਾ ਲੋਕਾਂ ਦਾ ਪਿਆਰ ਹੈ ਉਹ ਸਭ ਤੋਂ ਵੱਡਾ ਗਿਫਟ ਹੈ। ਉਹ ਸਨਮਾਨ ਜਿਹੜਾ ਕਰਦੇ ਨੇ ਉਹਨਾਂ ਦਾ ਬਹੁਤ ਮਿਹਰਬਾਨੀ, ਸ਼ੁਕਰੀਆ, ਉਹਨਾਂ ਤੋਂ ਵੱਡੀ ਕੋਈ ਤਾਕਤ ਨਹੀਂ ਹੈ। ਲੋਕਾਂ 'ਚ ਇੰਨੀ ਪਾਵਰ ਹੈ ਕਿ ਇੱਕ ਕੱਖ ਨੂੰ ਚੱਕ ਕੇ ਲੱਖ ਬਣਾ ਦਿੰਦੇ, ਲੱਖ ਨੂੰ ਚੱਕ ਕੇ ਕੱਖ ਬਣਾ ਦਿੰਦੇ, ਹੈ ਨਾ। ਉਹ ਕਹਿੰਦਾ ਕਿ ਮਿਟਾ ਦੇ ਆਪਣੀ ਹਸਤੀ ਕੋ ਗਰ ਕੁਛ ਮਰਤਬਾ ਹੈ ਪਾਣਾ, ਮਿਟਾ ਦੇ ਆਪਣੀ ਹਸਤੀ ਕੋ ਗਰ ਕੁਛ ਮਰਤਬਾ ਹੈ ਪਾਣਾ, ਦਾਨਾ ਖਾਖ ਮੇ ਮਿਲ ਕਰ ਗੁਲੇ ਗੁਲਜ਼ਾਰ ਹੋਤਾ ਹੈ, ਹੈ ਨਾ। ਅਤੇ ਲਵ ਯੂ ਆ ਸਾਰਿਆਂ ਨੂੰ ਜਿਹੜੇ ਪਿਆਰ ਕਰਦੇ ਨੇ ਉਹਨਾਂ ਨੂੰ ਵੀ, ਜਿਹੜੇ ਗਾਲਾਂ ਕੱਢਦੇ ਨੇ ਉਹਨਾਂ ਨੂੰ ਵੀ, ਕਿਉਂਕਿ ਜੇ ਤੁਸੀਂ ਗਾਲਾਂ ਨਹੀਂ ਕੱਢੋਗੇ ਤੇ ਇਹ ਜਿਹੜਾ ਦਾਣਾ ਹੈ ਇਹ ਖਾਕ 'ਚ ਨਹੀਂ ਮਿਲੇਗਾ, ਤੇ ਜਿੰਨਾ ਚਿਰ ਇਹ ਖਾਕ 'ਚ ਨਹੀਂ ਮਿਲੇਗਾ ਇਹ ਗੁਲਜ਼ਾਰ ਨਹੀਂ ਹੋ ਸਕਦਾ। ਮਿਹਰਬਾਨੀ। ਤੇ ਹੁਣ ਅਸੀਂ ਤੁਹਾਡੇ ਨਾਲ ਖੇਡਾਂਗੇ ਰੈਪਿਡ ਫਾਇਰ। ਉਹ ਕੀ ਹੁੰਦਾ? ਬਸ 1 ਸੈਕਿੰਡ ਦੇ ਵਿੱਚ ਤੁਸੀਂ ਆਨਸਰ ਦੇਣਾ ਹੈ, ਟਾਈਮ ਜੋ ਵੀ ਪੁੱਛਣਗੇ। ਯਾਰ ਮੇਰੇ ਇਕੱਲੇ ਨਾ ਖੇਲੋ, ਇਹਦੇ ਨਾਲ ਵੀ, ਇਹਨਾਂ ਨਾਲ ਵੀ ਵਾਰੀ ਵਾਰੀ, ਇਹਨਾਂ ਦੀ ਵਾਰੀ ਆਏਗੀ। ਇਹ ਕ੍ਰਾਈਮ ਪਾਰਟਨਰ ਹੈ ਸਰਦੂਲ ਸਿਕੰਦਰ ਸਾਹਿਬ। ਫੇਵਰੇਟ ਬ੍ਰਾਂਡ? ਫੇਵਰੇਟ ਬੈਂਡ ਹੈਗਾ ਬ੍ਰਾਸ ਬੈਂਡ, ਏਅਰ ਬੈਂਡ, ਏਅਰ ਬੈਂਡ, ਬ੍ਰਾਸ ਬੈਂਡ, ਰਬਰ ਬੈਂਡ। ਫੇਵਰੇਟ ਲਿਪਸਟਿਕ ਕਲਰ?
ਹੈ ਹੈਲੋ ਤੁਸੀਂ ਸੁਨੰਦਾ ਸ਼ਰਮਾ ਦਾ ਇੰਟਰਵਿਊ ਕਰ ਰਹੇ ਹੋ ਫੇਵਰਿਟ ਲਿਪਸਟਿਕ ਕਲਰ ਮੈਂ ਕਦੀ ਲਾਈ ਨਹੀਂ ਜੀ ਮੈਨੂੰ ਪਤਾ ਨਹੀਂ ਦੇਖਣ ਨੂੰ ਨਹੀਂ ਦੇਖਣ ਨੂੰ ਮੈਨੂੰ ਮੈਨੂੰ ਨੌਲੇਜ ਨਹੀਂ ਜਿਹੜਾ ਅੱਛਾ ਲੱਗੇ ਜਿਹੜਾ ਮੇਰੇ ਬੁੱਲਾਂ ਤੇ ਅੱਛਾ ਲੱਗੇ ਜਦੋਂ ਮੈਂ ਸ਼ੂਟਿੰਗ ਕਰਦਾ ਮੈਂ ਆਪਣੀ ਗੱਲ ਕਰ ਰਿਹਾ ਉਹ ਗੁੱਡ ਹੈ ਫੇਵਰਿਟ ਸਟਰੀਟ ਫੂਡ ਹਾਂ ਮੋਮੋਸ ਫੇਵਰਿਟ ਕਾਰ ਜੈਗੁਆਰ ਫੇਵਰਿਟ ਵਿਲਨ ਅਮਰੀਸ਼ ਪੁਰੀ ਸਾਹਿਬ ਅੱਛਾ ਹੁਣ ਮੈਂ ਕੁਛ ਨਾ ਤੁਹਾਨੂੰ ਵਰਡਸ ਬੋਲਾਂਗਾ ਤੁਸੀਂ ਮਾਈਂਡ 'ਚ ਜਿਹੜਾ ਸਿੰਗਰ ਆਵੇ ਉਹਦਾ ਨਾਮ ਬੋਲਣਾ ਬਹੁਤ ਫਨੀ ਜੀ ਗੇਮ ਹੈ ਸਭ ਤੋਂ ਪਹਿਲਾਂ ਮੇਰਾ ਵੈਰ ਨਾ ਪਵਾ ਦਿਓ ਨਹੀਂ ਨਹੀਂ ਰਿੱਕੀ ਨਾਲ ਖੇਡ ਲਓ ਯਾਰ ਇਹ ਗੇਮ ਨਹੀਂ ਰਿੱਕੀ ਨਾਲ ਵੀ ਖੇਡਾਂਗੇ ਨਹੀਂ ਨਹੀਂ ਪਲੀਜ਼ ਸ਼ੁਰੂਆਤ ਤੁਹਾਡੀ ਸ਼ੁਰੂਆਤ ਕਹਿੰਦਾ ਜੇ ਮੇਰਾ ਹੁਣੇ ਵੈਰ ਪੈ ਗਿਆ ਮੈਂ ਕੀ ਕਰੂੰਗਾ ਪਹਿਲਾ ਵਰਡ ਹੈਗਾ ਗੱਪੀ ਦੱਸੋ ਕਿਹੜਾ ਪੰਜਾਬੀ ਸਿੰਗਰ ਤੁਹਾਨੂੰ ਲੱਗਦਾ ਜਿਹੜਾ ਬਹੁਤ ਗੱਪੀ ਆ ਜਸਟ ਫੋਰ ਫਨ ਮੈਂ ਆਪ ਨਹੀਂ ਆਪਣੇ ਆਪ ਨੂੰ ਆਪਣੇ ਆਪ ਨੂੰ ਛੱਡ ਕੇ ਜੇਕਰ ਗੱਲ ਕਰੀਏ ਸਾਰੇ ਸਿੰਗਰ ਗੱਪੀ ਆ ਅੱਛਾ ਇੱਕ ਨਾਮ ਸਾਰੇ ਗੱਪੀ ਆ ਇੱਕ ਨਾਮ ਕੀ ਗੋਲਮੋਲ ਹੋ ਗਿਆ ਜਵਾਬ ਇਹ ਹੋ ਗਿਆ ਕਿ ਮੇਰਾ ਸਵਾਲ ਫਾੜ ਕੇ ਤੇ ਉਧਰ ਸੁੱਟਤਾ ਨਹੀਂ ਨਹੀਂ ਉਧਰ ਨਹੀਂ ਸੁੱਟਿਆ ਮੈਂ ਸਹੀ ਨਹੀਂ ਸਾਰੇ ਗੱਪੀਆਂ ਅਸੀਂ ਸਾਰੇ ਸਾਡੇ ਸਾਰਾ ਲਾਣਾ ਬਣਾ ਸਿੰਗਰਾਂ ਦਾ ਗੱਪੀ ਆ ਚਲੋ ਜੀ ਅਸੀਂ ਗੱਲ ਕਰੀਏ ਸਭ ਤੋਂ ਜ਼ਿਆਦਾ ਝੂਠਾ ਉਹ ਵੀ ਮੈਂ ਹੀ ਹਾਂ ਇਹ ਫੇਰ ਸਾਰੇ ਮੇਰੇ ਭਰਾ ਚੰਗੇ ਨੇ ਨਹੀਂ ਇਹ ਸਿਰਫ ਫਨ ਹੈ ਇੱਕ ਸਭ ਤੋਂ ਝੂਠਾ ਕਿਹੜਾ ਪੰਜਾਬੀ ਸਿੰਗਰ ਝੂਠਾ ਕਿਹੜਾ ਪੰਜਾਬੀ ਸਿੰਗਰ ਆ ਨਹੀਂ ਯਾਰ ਸਾਰੇ ਸੱਚੇ ਨੇ ਸਾਰੇ ਠੀਕ ਨੇ ਸੋ ਇਹ ਫਿਰ ਬ੍ਰੇਕਿੰਗ ਨਿਊਜ਼ ਆ ਮੇਰਾ ਸਵਾਲ ਸੁੱਟਤਾ ਉਧਰ ਇਹਨਾਂ ਨੇ ਇੱਕ ਹੋਰ ਲਾਰੇਬਾਜ਼ ਗੋਲੀ ਦਿੰਦਾ ਰਹਿੰਦਾ ਹਰ ਟਾਈਮ ਕੁਛ ਵੀ ਫੋਨ ਕਰੋ ਇੱਥੇ ਗੋਲੀ ਦੇ ਦੀ ਉਧਰ ਗੋਲੀ ਦੇ ਦੀ ਲਾਰਾ ਹੀ ਜਾਣਾ ਉਹਨੇ ਕਿਹੜਾ ਪੰਜਾਬੀ ਗਾਇਕ ਆ ਉਹ ਇਹ 'ਚ ਤੇ ਆਪਣਾ ਨਾਂ ਨਹੀਂ ਲੈ ਸਕਦੇ ਆਪਣੇ ਆਪ ਨੂੰ ਫੋਨ ਵੀ ਨਹੀਂ ਹੋ ਸਕਦਾ ਕਿਹੜਾ ਪੰਜਾਬੀ ਸਿੰਗਰ ਆ ਲਾਰੇਬਾਜ਼ ਗੋਲੀ ਦਿੰਦਾ ਹਰ ਵਾਰੀ ਗੋਲਡ ਬੋਏ ਅੱਛਾ ਸ਼ਿਗਿਰਦਾ ਮੇਰਾ ਮੇਰੇ ਮੇਰਾ ਬੱਚਾ ਮੇਰਾ ਸ਼ਿਗਿਰਦਾ ਮਿਊਜ਼ਿਕ ਡਾਇਰੈਕਟਰ ਗੋਲਡ ਬਾਈ ਜੋ ਸਿੰਗਰ ਵੀ ਉਹਨੂੰ ਕਿੰਨੀ ਵਾਰੀ ਫੋਨ ਕਰ ਲਓ ਗੋਲੀ ਗਾਣਾ ਬਣ ਗਿਆ ਹਾਂਜੀ ਹਾਂਜੀ ਬਣ ਗਿਆ ਡੈਡੀ ਮੈਂ ਹੁਣੇ ਤੁਹਾਨੂੰ ਭੇਜ ਰਿਹਾ ਗੋਲੀ ਦੇਣਾ ਉਹਦਾ ਕੰਮ ਹੈ ਬਸ ਹੋਰ ਕੁਛ ਨਹੀਂ ਅਸੀਂ ਗੱਲ ਕਰਦੇ ਹਾਂ ਉਹ ਸਾਨੂੰ ਗੋਲੀ ਦਿੰਦਾ ਅਸੀਂ ਉਹਨੂੰ ਤੋਪ ਦਿੰਦੇ ਲੈ ਭਰਾਵਾ ਤੂੰ ਬੰਦੂਕ 'ਚ ਨਹੀਂ ਤੋਪ 'ਚ ਰੱਖ ਕੇ ਤੇ ਚਲਾ ਦੇ ਅਸੀਂ ਗੱਲ ਕਰੀਏ ਆਸ਼ਿਕ ਦੀ ਕੌਣ ਲੱਗਦਾ ਤੁਹਾਨੂੰ ਕਿ ਇਹ ਬੰਦਾ ਆਸ਼ਿਕ ਆ ਆਸ਼ਿਕ ਕੁਛ ਤੇ ਗੜਬੜ ਹੈ ਨਹੀਂ ਨਹੀਂ ਕੋਈ ਗੜਬੜ ਨਹੀਂ ਭਰਾਵਾ ਹੈਲੋ ਮੈਂ ਘਰ ਵੀ ਰਹਿਣਾ ਕੁਛ ਤੇ ਆਇਆ ਮਾਈਂਡ ਚ ਗੜਬੜ ਆਸ਼ ਇਹ ਬਹੁਤ ਵੱਡਾ ਆਸ਼ਿਕ ਹੈ ਲੱਗਾ ਰਹਿੰਦਾ ਫੋਨ ਤੇ 24 ਘੰਟੇ ਇਹ ਸਿੰਗਰ ਵੀ ਹੈ ਨਾਲ ਅੱਛਾ ਜੀ ਤਾਂ ਇਹ ਸ਼ਾਇਰੀ ਵੀ ਕਰਦੇ ਆ ਬਹੁਤ ਸ਼ਾਇਰ ਹਾਂ ਹੁਣ ਇਹਦੇ ਆ ਲਾਓ ਜਰਾ ਅੱਛਾ ਤੁਹਾਨੂੰ ਪੁੱਛਦੇ ਆ ਤੁਹਾਡੇ ਮੁਤਾਬਿਕ ਸਭ ਤੋਂ ਝੂਠਾ ਸਿੰਗਰ ਕੌਣ ਹੈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਝੂਠੇ ਸਾਰੇ ਨਹੀਂ ਜੀ ਜੋ ਭਾਜੀ ਨੇ ਕਿਹਾ ਕਿ ਮੈਂ ਉਸ ਨੂੰ ਬਦਲ ਨਹੀਂ ਨਾ ਸਕਦਾ ਨਾ ਇਹ ਵੀ ਕਾਪੀ ਕਾਪੀ ਗੈਟ ਹੋ ਗਿਆ ਨਾ ਕਾਪੀ ਪੇਸਟ ਕਰ ਲਿਆ ਅਸੀਂ ਕਾਪੀ ਇਹਨਾਂ ਨੂੰ ਕਰਦੇ ਆ ਸੋ ਅਸੀਂ ਅੱਛਾ ਅਸੀਂ ਤੁਹਾਡੀ ਗੱਲ ਕਰਦੇ ਆ ਤੁਹਾਡੇ ਮੁਤਾਬਿਕ ਲਾਰੇਬਾਜ਼ ਕੌਣ ਆ ਹੁਣ ਲਾਰੇਬਾਜ਼ ਤੇ ਤੁਸੀਂ ਉਹ ਨਾਲਾ ਨਹੀਂ ਕਹਿਣਾ ਮੇਰੇ ਮੁਤਾਬਿਕ ਲਾਰੇਬਾਜ਼ ਕੌਣ ਹੈ ਦੇਖ ਕੇ ਪੁੱਛਦੇ ਕੌਣ ਹੈ ਮੈਨੂੰ ਆਪ ਨੂੰ ਨਹੀਂ ਪਤਾ ਲਾਰੇਬਾਜ਼ ਕੋਈ ਨਹੀਂ ਹੈ ਕੋਈ ਨਹੀਂ ਹੈ ਅਸੀਂ ਕਿਉਂਕਿ ਅਸੀਂ ਸਭ ਨੂੰ ਪਿਆਰ ਕਰਦੇ ਹਾਂ ਸਾਰੇ ਸਾਨੂੰ ਵੀ ਉਨਾ ਹੀ ਪਿਆਰ ਕਰਦੇ ਜੀ ਤੇ ਇਸ ਕਰਕੇ ਇੱਕ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਤੁਹਾਡੇ ਜ਼ਿਆਦਾਤਰ ਰੋਮਾਂਟਿਕ ਗਾਣੇ ਆਉਂਦੇ ਨੇ ਬੰਦਾ ਘਰ ਪਰਿਵਾਰ 'ਚ ਬੈਠ ਕੇ ਸੁਣ ਸਕਦਾ ਦੇਖ ਸਕਦਾ ਅੱਜ ਕੱਲ੍ਹ ਨਾ ਗਾਇਕੀ ਕੁਛ ਅਜਿਹੀ ਹੋ ਗਈ ਹੈ ਮਤਲਬ ਕਿ ਬੰਦਾ ਫੈਮਲੀ ਦੇ ਨਾਲ ਦੇਖੇ ਨਾ ਤੇ ਕਿਤੇ ਨਾ ਕਿਤੇ ਅੰਦਰੋਂ ਗਿਲਟੀ ਫੀਲ ਹੁੰਦੀ ਆ ਅਸੀਂ ਕਿਉਂ ਫੈਮਲੀ ਨਾਲ ਕਿਉਂ ਦੇਖਿਆ ਯਾਰ ਇਹ ਗਾਣਾ ਹਾਲਾਂਕਿ ਉਹ ਹੋਏਗਾ ਪੰਜਾਬੀ ਗਾਣਾ ਸੋ ਇਸ ਬਾਰੇ ਕੀ ਕਹਿਣਾ ਵਿਚਾਰ ਕੀ ਤੁਹਾਡੇ ਭਾਜੀ ਮੈਂ ਅਸੀਂ ਮੇਰੇ ਇਕੱਲੇ ਦੇ ਨਹੀਂ ਬਹੁਤ ਸਾਰੇ ਸਿੰਗਰਾਂ ਦੇ ਵਿਚਾਰ ਨੇ ਜਿਨ੍ਹਾਂ 'ਚੋਂ ਸਾਡੇ ਰਾਜ ਗਾਇਕ ਸਾਡੇ ਭਾਜੀ ਵੱਡੇ ਹੰਸ ਰਾਜ ਹੰਸ ਜੀ ਸਰਦੂਲ ਭਾਜੀ ਗੁਰਦਾਸ ਭਾਜੀ ਅਸੀਂ ਬਹੁਤਾ ਕੁਛ ਕਹਿੰਦੇ ਨਹੀਂ ਅਸੀਂ ਡੋਰੀਆਂ ਛੱਡ ਦਿੰਦੇ ਹਾਂ ਰੱਬ 'ਤੇ ਉਹ ਦੇਖਦਾ ਜਿਹੜੀ ਸਰਸਵਤੀ ਮਾਂ ਨਾਲ ਤੁਸੀਂ ਧੱਕਾ ਕਰ ਰਹੇ ਹੋ ਉਹ ਦੇਖ ਰਹੀ ਇਹਦੇ ਵਿੱਚ ਜ਼ਿਆਦਾ ਤੁਸੀਂ ਕਿਹਨੂੰ ਮਤਲਬ ਸਮਝਦੇ ਕਸੂਰਵਾਰ ਜਿਹਨੇ ਗਾਣਾ ਗਾਇਆ ਕਸੂਰਵਾਰ ਸਾਰੇ ਸਾਰੇ ਬਰਾਬਰ ਦੇ ਨੇ ਸੁਣਨ ਵਾਲੇ ਵੀ ਗਾਉਣ ਵਾਲੇ ਵੀ ਮਿਊਜ਼ਿਕ ਡਾਇਰੈਕਟਰ ਦਾ ਕੋਈ ਕਸੂਰ ਨਹੀਂ ਉਹਨੇ ਤਾਂ ਵਿਚਾਰੇ ਨੇ ਮਿਊਜ਼ਿਕ ਕਰਨਾ ਆਪਣੇ ਪੈਸੇ ਲੈਣੇ ਭਾਜੀ ਜਿਹਨੇ ਲਿਖਣ ਵਾਲੇ ਦਾ ਵੀ ਕਸੂਰ ਹੈ ਸੋਚ ਅੱਛੀ ਹੋਣੀ ਚਾਹੀਦੀ ਪੰਜਾਬ 'ਚ ਨਾ ਅੱਜ ਕੱਲ੍ਹ ਗੈਂਗ ਵਾਰ ਬਹੁਤ ਵੱਧ ਗਈ ਹੈ ਗੈਂਗਸਟਰ ਅੱਜ ਕੱਲ੍ਹ ਮੈਂ ਅੱਜ ਕੱਲ੍ਹ ਇੱਕ ਗਾਣਾ ਮੈਂ ਸੁਣ ਰਿਹਾ ਅੱਜ ਕੱਲ੍ਹ ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਯਾਰ ਮਿਲੀਅਨ ਵਿਊ ਇੱਕਦਮ ਕਿੱਦਾਂ ਹੋ ਜਾਂਦੇ ਦੋ ਘੰਟੇ ਬਾਅਦ ਹੀ ਮਿਲੀਅਨ ਵਿਊ ਹੋ ਜਾਂਦੇ ਮੈਨੂੰ ਸਮਝ ਨਹੀਂ ਆਇਆ ਵਿਊਜ਼ ਦਾ ਟ੍ਰੈਂਡ ਚੱਲ ਰਿਹਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਉਹਦੇ ਬਾਰੇ ਮੇਰਾ ਕੋਈ ਕਹਿਣਾ ਨਹੀਂ ਮੇਰਾ ਸਿਰਫ ਇਹ ਕਹਿਣਾ ਹੈ ਕਿ
ਆਪਣੇ ਆਪ ਨੂੰ ਸੰਤੁਸ਼ਟੀ ਬੱਬੂ ਮਾਨ ਭਾਅ ਜੀ ਨੇ ਕਿਹਾ ਇੱਕ ਇੰਟਰਵਿਊ 'ਚ, ਮੈਂ ਉਸ ਗੱਲ ਨੂੰ ਅਹਿਮੀਅਤ ਦਿੰਦਾ, ਉਹ ਸਹੀ ਨਹੀਂ। ਆਪਣੇ ਆਪ ਨੂੰ ਸੰਤੁਸ਼ਟੀ ਦੇ ਰਹੇ ਹੋ ਤੁਸੀਂ ਕਿ ਜੀ ਆ ਮੇਰਾ ਅੱਧੇ ਘੰਟੇ ਬਾਅਦ ਹੀ ਦੇਖੋ ਮੇਰਾ ਹਾਫ ਮਿਲੀਅਨ ਹੋ ਗਿਆ, ਮੇਰਾ ਇੱਕ ਘੰਟੇ ਬਾਅਦ ਜੀ ਮੇਰਾ 1 ਮਿਲੀਅਨ ਹੋ ਗਿਆ, 65 ਮਿਲੀਅਨ ਹੋ ਗਿਆ, ਇੰਨੇ ਮਿਲੀਅਨ ਹੋ ਗਏ, ਆਹ ਮਿਲੀਅਨ ਹੋ ਗਏ। 6 ਮਹੀਨੇ ਬਾਅਦ ਪੋਸਟ ਪਾਉਂਦਾ ਜੀ ਮੇਰਾ ਤਾਂ 75 ਮਿਲੀਅਨ ਹੋ ਗਿਆ। ਉਹ ਮਿਲੀਅਨ ਸ਼ਿਲੀਅਨ ਨੂੰ ਛੱਡੋ ਯਾਰ, ਗਾਣਾ ਜਿਹੜਾ ਉਹ ਜਦੋਂ ਤੁਸੀਂ ਕੱਢਦੇ ਹੋ ਇਹ ਸੋਚ ਕੇ ਕੱਢੋ ਕਿ ਲੋਕਾਂ ਨੂੰ ਪਸੰਦ ਆਉਣਾ ਚਾਹੀਦਾ, ਬਸ। ਮਿਲੀਅਨ ਮੁਲੀਅਨ ਦੀ ਕੋਈ ਪ੍ਰੋਬਲਮ ਨਹੀਂ ਹੈ, ਉਹ ਗੱਲ ਹੀ ਨਹੀਂ ਕੋਈ। ਪਹਿਲਾਂ ਕਿਹੜੇ ਮਿਲੀਅਨ ਹੁੰਦੇ ਸੀ, ਪਹਿਲੇ ਕੈਸੇਟ ਸੀਡੀ ਦਾ ਜ਼ਮਾਨਾ ਲਿਆ। ਹਾਂਜੀ, ਮੈਨੂੰ ਮਿਲੀਅਨਾਂ ਦਾ ਕੁਛ ਹੈ ਹੀ ਨਹੀਂ। ਮੇਰਾ ਗਾਣਾ ਕੱਲ ਆਇਆ, ਕੱਲ ਅਸੀਂ ਮੈਂ ਤਰੀਕੇ ਨੇ ਅੱਜ ਅਸੀਂ ਯੂਟਿਊਬ ਖੋਲਿਆ ਤੇ 2-2.5 ਲੱਖ ਬੰਦਿਆਂ ਨੇ ਵਿਊ ਅੱਛੇ ਤਰੀਕੇ ਨਾਲ ਦਿੱਤੇ, ਉਹ ਔਰਗੈਨਿਕ ਵਿਊ ਨੇ। ਜਿਹੜਾ ਭਾਜੀ ਹੁਣ ਅਫਗਾਨਿਸਤਾਨ 'ਚ ਬੰਦਾ ਬੈਠਾ ਉਹਨੂੰ ਥੋੜੀ ਪਤਾ ਸਲੀਮ ਕੌਣ ਹੈ, ਕੋਈ ਗੋਰਾ ਬੈਠਾ ਉਹਨੂੰ ਥੋੜੀ ਪਤਾ, ਉੱਥੋਂ ਉੱਥੋਂ ਆ ਰਹੇ ਕਮੈਂਟ, ਉੱਥੋਂ ਉੱਥੋਂ ਵਿਊ ਆ ਰਹੇ ਨੇ। ਇਹ ਸਭ ਆਪਣੇ ਦਿਲ ਨੂੰ ਤਸੱਲੀ ਦੇਣ ਵਾਸਤੇ ਮੇਰੇ ਸਿੰਗਰ ਭਰਾ ਕਰਦੇ ਨੇ ਕਿ ਮੇਰਾ ਇੰਨੇ ਮਿਲੀਅਨ ਹੋ ਗਿਆ, ਮੇਰਾ ਆਹ ਮਿਲੀਅਨ ਹੋ ਗਿਆ, ਮੇਰਾ ਉਹ ਮਿਲੀਅਨ। ਪੰਜਾਬ ਦੇ ਵਿੱਚ ਨਾ ਗੈਂਗ ਵਾਰ ਵੱਧ ਗਈ ਹੈ, ਗੈਂਗਸਟਰ ਵੱਧ ਗਏ ਨੇ, ਤੇ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਕਿ ਸਿੰਗਰਾਂ ਦੇ ਜਿਹੜੇ ਗਾਣੇ ਆਉਂਦੇ ਆ ਉਹਨਾਂ ਦੇ ਲਿਰਿਕਸ ਹੋਣ ਅਜਿਹੇ ਤਾਂ ਕੋਈ ਬੰਦਾ ਗੈਂਗਸਟਰ ਬਣ ਜਾਂਦਾ, ਜਾਂ ਉਹ ਗਾਣਿਆਂ ਤੋਂ ਇਨਫਲੂਐਂਸ ਬਹੁਤ ਹੁੰਦਾ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਮਤਲਬ ਪੰਜਾਬੀ ਸਿੰਗਰਾਂ ਨੂੰ ਕਸੂਰਵਾਰ ਕਿਹਾ? ਭਾਜੀ ਮੇਰੇ ਗਾਣੇ ਤਾਂ ਆਸ਼ਿਕ ਬਣਾਉਂਦੇ ਨੇ, ਮੇਰੇ ਗਾਣੇ ਤਾਂ ਭਗਤ ਬਣਾਉਂਦੇ ਨੇ, ਮੇਰੀਆਂ ਭੇਟਾਂ ਰੱਬ ਨਾਲ ਜੋੜਦੀਆਂ ਨੇ, ਮੇਰੇ ਗਾਣੇ ਸੱਚੇ ਇਸ਼ਕ ਨਾਲ ਜੋੜਦੇ ਨੇ, ਮੇਰੇ ਗਾਣੇ ਮੈਨੂੰ ਲੱਗਦਾ ਕਿ ਆਪਣੇ ਮੁਰਸ਼ਦ ਦਾ ਰਾਹ ਵਿਖਾਉਂਦੇ ਨੇ ਕਿ ਨਹੀਂ ਯਾਰ ਦੀ ਦੀਵਾਨੀ ਸਰਕਾਰ ਦੀ ਦੀਵਾਨੀ। ਮੈਂ ਬਾਕੀ ਤੁਹਾਡੇ ਸਵਾਲ ਦਾ ਮੈਨੂੰ ਕੋਈ ਨਹੀਂ ਪਤਾ ਜੀ, ਮੈਂ ਮਾਫੀ ਚਾਹੁੰਦਾ। ਇੱਕ ਅੱਜ ਕੱਲ ਨਸ਼ਿਆਂ ਦਾ ਮੁੱਦਾ ਬਹੁਤ ਗਰਮਾਇਆ ਹੋਇਆ ਪੰਜਾਬ 'ਚ ਜੀ, ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਇਹਦੇ ਬਾਰੇ ਬਿਲਕੁਲ ਮੇਰਾ ਕਹਿਣਾ ਹੈ ਕਿ ਪਲੀਜ਼ ਜਿਹੜੀ ਵੀ ਗਵਰਨਮੈਂਟ ਹੈ ਸਾਡੇ ਪੰਜਾਬ 'ਚ, ਚਾਹੇ ਉਹ ਮਾਨਨੀਏ ਕੈਪਟਨ ਅਮਰਿੰਦਰ ਸਿੰਘ ਜੀ ਦੀ ਗਵਰਨਮੈਂਟ ਹੈ ਜਾਂ ਉਹ ਜਿਹਦੀ ਵੀ ਹੈ, ਹੁਣ ਜਿਹੜਾ ਮੌਜੂਦਾ ਰਾਜ ਚੱਲ ਰਿਹਾ ਉਹ ਕੈਪਟਨ ਅਮਰਿੰਦਰ ਸਿੰਘ ਜੀ ਦਾ ਚੱਲ ਰਿਹਾ, ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ, ਬੇਨਤੀ ਹੈ ਕਿ ਕੋਈ ਐਸੇ ਠੋਸ ਕਦਮ ਉਠਾਓ ਕਿ ਮਾਵਾਂ ਦੇ ਪੁੱਤ ਬਚਣ, ਹੈ ਨਾ, ਐਸੇ ਠੋਸ ਕਦਮ ਉਠਾਓ ਕਿ ਜਿਹੜੇ ਬੱਚੇ ਕਾਲਜ 'ਚ ਜਿਹੜੇ ਪੜ੍ਹਨ ਜਾਂਦੇ ਨੇ, ਜਿਹਨਾਂ ਨੂੰ ਜਿਹਨਾਂ ਦੇ ਹੱਥਾਂ 'ਚ ਕਿਤਾਬਾਂ ਹੋਣੀਆਂ ਚਾਹੀਦੀਆਂ, ਜਿਹਨਾਂ ਦੇ ਹੱਥਾਂ 'ਚ ਦੇਸ਼ ਦਾ ਭਵਿੱਖ ਹੈ, ਉਹਨਾਂ ਦੇ ਹੱਥਾਂ 'ਚ ਟੀਕੇ ਨੇ, ਉਹਨਾਂ ਦੇ ਹੱਥਾਂ 'ਚ ਮੈਨੂੰ ਤਾਂ ਨਾਮ ਹੀ ਨਹੀਂ ਪਤਾ ਨਸ਼ਿਆਂ ਦੇ ਕਿ ਜਿਹੜੇ ਜੋ ਵੀ ਹੈ ਉਹ ਨੇ, ਹੈ ਨਾ, ਤੁਸੀਂ ਉਹ ਬੰਦ ਕਰੋ। ਇਹ ਉਹ ਕਹਿੰਦੇ ਨੇ ਮੁੱਖ ਤੇਰਾ ਸੋਹਣਿਆ ਗੁਲਾਬ ਨਾਲੋਂ ਚੰਗਾ ਹੈ, ਨਸ਼ਾ ਤੇਰੀ ਅੱਖ ਦਾ ਸ਼ਰਾਬ ਨਾਲੋਂ ਚੰਗਾ ਹੈ। ਨਸ਼ਾ ਤਾਂ ਅੱਖ ਦਾ ਹੋਣਾ ਚਾਹੀਦਾ, ਨਸ਼ਾ ਮਾਂ ਬਾਪ ਦੀ ਸੇਵਾ ਦਾ ਹੋਣਾ ਚਾਹੀਦਾ, ਹੈ ਨਾ। ਉਸੇ ਮਿਲ ਗਏ ਦੋਨੋਂ ਜਹਾਂ ਜਿਸੇ ਤੂੰ ਨੇ ਦਰ ਪੇ ਬੁਲਾ ਲਿਆ, ਉਸੇ ਮਿਲ ਗਏ ਦੋਨੋਂ ਜਹਾਂ ਜਿਸੇ ਤੂੰ ਨੇ ਦਰ ਪੇ ਬੁਲਾ ਲਿਆ, ਤੇਰੀ ਨਜ਼ਰ ਕੀ ਵੋ ਕਸ਼ਿਸ਼ ਹੋਈ ਕਿ ਜ਼ਮਾਨੇ ਭਰ ਕੋ ਝੁਕਾ ਲਿਆ, ਨਾ ਮੈਂ ਮਸਤ ਹੂੰ ਨਾ ਸ਼ਰਾਬੀ ਹੂੰ, ਮੁਝੇ ਮੈਂ ਕਦਾ ਕੀ ਖਬਰ ਨਹੀਂ, ਤੇਰੇ ਨਾਮ ਕਾ ਵੋ ਨਸ਼ਾ ਹੁਆ, ਮੁਝੇ ਹਰ ਨਸ਼ੇ ਸੇ ਬਚਾ ਲਿਆ। ਲੋਕਾਂ ਨੂੰ ਨਸ਼ਾ ਤੇ ਤੁਹਾਡੀ ਸਿੰਗਿੰਗ ਦਾ ਹੈਗਾ ਹੀ, ਉਹਨਾਂ ਨੂੰ ਸੁਣਨ ਦਾ ਹੈਗਾ ਕਿ ਆਪਾਂ ਸਲੀਮ ਨੂੰ ਸੁਣਿਆ ਬਹੁਤ ਹੈ। ਪੰਜਾਬੀ ਸਿੰਗਰ ਅਕਸਰ ਦੇਖਿਆ ਜਾ ਰਿਹਾ ਬਾਲੀਵੁੱਡ ਫਿਲਮਾਂ 'ਚ ਆ ਰਹੇ ਨੇ ਜਾਂ ਪੰਜਾਬੀ ਸਿਨੇਮਾ 'ਚ ਆ ਰਹੇ ਨੇ, ਸਲੀਮ ਨੂੰ ਆਪਾਂ 70 mm ਦੇ ਪਰਦੇ ਤੇ ਦੇਖਾਂਗੇ ਕਦੋਂ? ਕਦੀ ਵੀ ਨਹੀਂ। ਅੱਛਾ, ਨੈਵਰ, ਬਿਲਕੁਲ ਕ੍ਰੇਜ਼ ਨਹੀਂ ਐਕਟਿੰਗ ਦਾ? ਮੈਨੂੰ ਬਿਲਕੁਲ ਕੀੜਾ ਨਹੀਂ ਹੈ, ਬਿਲਕੁਲ ਨਹੀਂ ਭਾਜੀ। ਅਸੀਂ ਪਤਾ ਕੀ ਚੱਕਰ ਹੈ, ਅਸੀਂ ਲੋਕਾਂ ਵਾਸਤੇ ਹਾਂ। ਕਈ ਬੰਦੇ ਐਸੇ ਹੈਗੇ ਜਿਹਨਾਂ ਤੁਸੀਂ ਦੱਸਦੇ ਹੋ ਜੀ ਮੈਂ 5 ਲੱਖ ਰੁਪਇਆ ਲੈਂਦਾ, ਉਹ ਕਹਿੰਦੇ ਠੀਕ ਹੈ ਜੀ ਤੁਸੀਂ ਇੱਦਾਂ ਕਰੋ 5 ਦੀ ਬਜਾਏ ਤੁਸੀਂ ਸਾਡੇ ਤੋਂ 4-70 ਲੈ ਲਓ, 4-75 ਲੈ ਲਓ, ਆ ਜਾਓ। ਕਈ ਲੋਕ ਐਸੇ ਵੀ ਨੇ ਜਿਹੜੇ ਕਹਿੰਦੇ ਜੀ 5 ਤਾਂ ਨਹੀਂ ਦੇ ਸਕਦੇ, 2 ਦੇ ਸਕਦੇ ਹਾਂ, ਤੁਸੀਂ ਆ ਪਲੀਜ਼ ਕਰ ਦਿਓ। ਤੁਹਾਡੀ ਪਬਲਿਕ ਤੱਕ ਰੀਚ ਹੋਣੀ ਚਾਹੀਦੀ ਹੈ, ਇਹ ਨਾ ਹੋਵੇ ਵੀ ਬੰਦਾ ਤੁਹਾਨੂੰ ਤਰਸਦਾ ਹੀ ਮਰ ਜਾਵੇ। ਇਹ ਫਿਲਮਾਂ ਜਿਹੜੀਆਂ ਦੂਰ ਲੈ ਜਾਂਦੀਆਂ, ਹੁਣ ਦਿਲਜੀਤ ਵੀਰ ਹੈ ਜਾਂ ਗਿੱਪੀ ਵੀਰ ਹੈ ਜਾਂ ਹੋਰ ਜਿਹੜੇ ਮੇਰੇ ਭਰਾ ਫਿਲਮਾਂ ਕਰਦੇ ਨੇ, ਉਹਨਾਂ ਨੂੰ ਕੋਈ ਜਿਹੜਾ ਬੰਦਾ 2-3 ਲੱਖ ਵਾਲਾ ਉਹ ਤਾਂ ਬੁਲਾ ਨਹੀਂ ਨਾ ਸਕਦਾ। ਉਹ ਤਾਂ ਸ਼ੁਰੂ ਹੀ ਇੱਥੋਂ ਹੁੰਦੇ ਜੀ ਮੈਂ 50 ਕੁ ਲੱਖ ਰੁਪਈਏ ਦੇ ਪ੍ਰੋਗਰਾਮ ਕਰੂੰਗਾ, ਹੈ ਨਾ, ਉਹ ਤਾਂ ਫਾਇਦਾ ਸਾਨੂੰ ਹੋਇਆ, ਅਸੀਂ ਪ੍ਰੋਗਰਾਮ ਕਰ ਰਹੇ ਹਾਂ, ਗੱਲ ਖਤਮ। ਅਸੀਂ ਇੱਥੇ ਗੱਲ ਕਰ, ਲੋਕਾਂ ਤੱਕ ਰੀਚ ਚਾਹੀਦੀ ਹੈ ਸਿੰਗਰ ਦੀ, ਲੋਕਾਂ ਤੱਕ ਵਿਚਾਰਾ, ਲੋਕ ਜਿਹੜੇ ਉਹ ਸੁਣਨਾ ਚਾਹੁੰਦੇ ਆ ਉਹਨੂੰ ਬੁਲਾ ਕੇ। ਚੱਲ ਠੀਕ ਹੈ, ਜਿੱਥੇ 2.5 ਨਹੀਂ ਮਿਲਦਾ ਉੱਥੇ 2 ਮਿਲ ਜਾਵੇ ਠੀਕ ਹੈ, ਜਿੱਥੇ 5 ਨਹੀਂ ਮਿਲਦਾ ਉੱਥੇ 4.5 ਮਿਲ ਜਾਵੇ ਠੀਕ ਹੈ। ਜਦੋਂ ਕੰਮ 10 ਕੁ ਲੱਖ ਤੋਂ ਟੱਪਦਾ ਉਦੋਂ ਲੋਕ ਨਹੀਂ
ਜਿਹੜੀਆਂ ਜਿਹੜੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਉਹ ਸੋਚਣ 'ਤੇ ਮਜਬੂਰ ਹੋ ਜਾਂਦੀਆਂ ਵੀ ਇਹਨੂੰ ਕਰੀਏ ਜਾਂ ਨਾ ਕਰੀਏ। ਸੋ ਕਹਿ ਸਕਦੇ ਸਲੀਮ ਨੂੰ ਪੈਸੇ ਨਾਲ ਨਹੀਂ ਮੋਹ ਹੈਗਾ, ਉਹਨੂੰ ਸਿਰਫ ਗਾਇਕੀ ਨਾਲ ਮਤਲਬ ਹੈ। ਬਿਲਕੁਲ ਮੋਹ ਹੈ ਪੈਸੇ ਨਾਲ, ਗਾਇਕੀ ਨਾਲ ਵੀ ਮੋਹ ਹੈ, ਹਰ ਚੀਜ਼ ਨਾਲ ਮੋਹ ਹੈ। ਪੈਸੇ ਤੋਂ ਬਿਨਾਂ ਗੱਡੀ ਨਹੀਂ ਚੱਲਦੀ। ਹੁਣ ਤੁਸੀਂ ਇੱਥੇ ਕਿਉਂ ਇੰਟਰਵਿਊ ਮੇਰੀ ਕਰ ਰਹੇ ਹੋ? ਤੁਹਾਨੂੰ ਪੈਸੇ ਮਿਲਦੇ ਆ? ਬੋਲੋ ਜੀ, ਮਿਲਦੇ ਆ ਨਾ? ਤੁਹਾਨੂੰ ਮਿਲਦੇ ਆ ਜੀ? ਮੈਨੂੰ ਵੀ ਮਿਲਦੇ ਮੇਰੇ ਕੰਮ ਦੇ, ਕੰਮ ਕਰਕੇ ਪੈਸੇ ਲਓ। ਪਰ ਇਹ ਨਹੀਂ ਹੈਗਾ ਵੀ ਤੁਸੀਂ ਕੰਮ ਜਿੰਨਾ ਕਰ ਰਹੇ ਹੋ ਉਹਦੇ ਤੋਂ ਤਿੱਗਣੇ ਪੈਸੇ ਮੰਗੋ, ਇਹ ਵਾਜਬ ਨਹੀਂ। ਇਹ ਉਹਨਾਂ ਦੀ ਆਪੋ ਆਪਣੀ ਮਰਜ਼ੀ ਹੈ। ਮੇਰੀ ਨਜ਼ਰ 'ਚ ਮੇਰਾ ਮਸ਼ਵਰਾ ਜਿਹੜਾ ਇਹ ਹੈ ਕਿ ਨੋਰਮਲ ਜਿਹੜੇ ਪੀਪਲ ਨੇ, ਜਿਹੜੇ ਜਿਹੜੇ ਹਾਈ ਕਲਾਸ ਜਾਂ ਜਿਹੜੀ ਮੀਡੀਅਮ ਕਲਾਸ ਹੈ, ਉਹਨਾਂ ਨੂੰ ਵਿਚਾਰੇ ਨੂੰ ਸੁਣਨ ਲਈ ਅਸੀਂ ਮਿਲਦੇ ਨਹੀਂ ਲਾਈਵ। ਤੁਹਾਨੂੰ ਲੱਗਦਾ ਕਿ ਜਾਣ ਬੁੱਝ ਕੇ ਆਪਣਾ ਰੇਟ ਹਾਈ ਕਰ ਦਿੰਦੇ? ਨਹੀਂ, ਉਹਨਾਂ ਨੂੰ ਕਰਨਾ ਪੈਂਦਾ ਹੈ, ਕਿਉਂਕਿ ਸਲੀਮ ਕਿਉਂ ਨਹੀਂ ਕਰਦਾ? ਉਹਨਾਂ ਦੀ ਐਸੀ ਅਹਿਮੀਅਤ, ਮੈਂ ਭਾਜੀ ਅਜੇ ਬਣੇ ਕੁਛ ਨਹੀਂ, ਮੈਂ ਤਾਂ ਅਜੇ ਛੋਟਾ ਜਿਹਾ, ਤਾਂ ਬੱਚਾ ਨਹੀਂ, ਛੋਟਾ ਜਿਹਾ ਬੰਦਾ ਹੈ ਨਾ, ਛੋਟਾ ਜਿਹਾ ਬੰਦਾ ਮੇਰਾ। ਮੈਂ ਅਜੇ ਕੋਈ ਐਸਾ ਕੰਮ ਕੀਤਾ ਹੀ ਨਹੀਂ। ਦਲਜੀਤ ਭਾਜੀ ਹੋਣਾ ਨੇ ਜਾਂ ਜਿਹੜੇ ਵੱਡੇ ਵੱਡੇ ਮੇਰੇ ਭਰਾ ਹੀਰੋ ਨੇ, ਉਹਨਾਂ ਨੇ ਤਾਂ ਬਹੁਤ ਤਰੱਕੀਆਂ ਕੀਤੀਆਂ ਨੇ, ਮਾਸ਼ਾਅੱਲਾ। ਵੀ ਮਾਂ ਦਾ ਲਾਡਲਾ ਸੁਣਿਆ ਸਲੀਮ ਦਾ, ਮਾਸ਼ਾਅੱਲਾ, ਉਹਨਾਂ ਨੇ ਬਹੁਤ ਤਰੱਕੀਆਂ ਕੀਤੀਆਂ ਨੇ। ਉਹਨਾਂ ਦਾ ਬਣਦਾ ਰੇਟ ਵਧਾਉਣਾ, ਉਹ ਹੀਰੋ ਨੇ। ਮੈਂ ਹੀਰੋ ਨਹੀਂ ਹਾਂ, ਮੈਂ ਤਾਂ ਅਜੇ ਜ਼ੀਰੋ ਹੀ ਹਾਂ ਜੀ। ਅਤੇ ਜਿਹੜਾ ਬੰਦਾ ਜ਼ੀਰੋ ਹੋਵੇ ਉਹਨੂੰ ਹਰ ਇੱਕ ਦੀ ਲੋੜ ਹੁੰਦੀ ਹੈ। ਜ਼ੀਰੋ ਦੇ ਨਾਲ ਇੱਕ ਲੱਗੇ ਤਾਂ ਸਵਾਦ ਆਉਂਦਾ ਹੈ ਨਾ। ਦਿਲਜੀਤ ਦੀ ਫਿਲਮ ਆਈ ਸੂਰਮਾ, ਹਾਂਜੀ, ਹੈ ਨਾ। ਸੋ ਦਿਲਜੀਤ ਪੰਜਾਬੀ ਤੋਂ ਬਾਲੀਵੁੱਡ ਦੇ ਵਿੱਚ ਗਿਆ। ਦਿਲਜੀਤ ਬਾਲੀਵੁੱਡ ਤੋਂ ਬਾਲੀਵੁੱਡ ਦੇ ਵਿੱਚ ਗਿਆ ਜੀ। ਪਰ ਅਕਸਰ ਦੇਖਿਆ ਗਿਆ ਜਦੋਂ ਬੰਦਾ ਬਾਲੀਵੁੱਡ ਦੇ ਵਿੱਚ ਕੋਈ ਪੰਜਾਬੀ ਸਿੰਗਰ ਗਿਆ, ਉਹ ਕੁਝ ਕੁ ਟਾਈਮ ਚੱਲਿਆ ਜੀ। ਐਸਾ ਕਿਉਂ ਹੋ ਜਾਂਦਾ ਬਾਲੀਵੁੱਡ ਦੇ ਵਿੱਚ ਕਿ ਹਾਂ ਇੱਕ ਟਾਈਮ ਆਉਂਦਾ ਕਿ ਬਹੁਤ ਲੋਕੀ ਸੁਣਦੇ ਨੇ, ਪਰ ਇੱਕ ਟਾਈਮ ਐਸਾ ਆਉਂਦਾ ਸਿੰਗਰ ਥੱਲੇ ਆ ਜਾਂਦਾ, ਲੋਕੀ ਸੁਣਨਾ ਬੰਦ ਕਰਦੇ? ਭਾਜੀ ਬਾਲੀਵੁੱਡ ਬਹੁਤ ਵੱਡਾ ਪਲੇਟਫਾਰਮ ਹੈ ਜੀ, ਪਰ ਉੱਥੇ ਇੱਕ ਭੇਡ ਚਾਲ ਹੈ। ਜਿਹੜੀ ਚੀਜ਼ ਇੱਕ ਵਾਰੀ ਚੱਲ ਗਈ ਉਹ ਤੁਸੀਂ ਉਹੋ ਹੀ ਚਲਾਈ ਜਾਣੀ ਬਾਰ ਬਾਰ। ਜੇ ਮਾਸਟਰ ਸਲੀਮ ਚੱਲਿਆ 4-5 ਸਾਲ ਤੇ ਉਹਨਾਂ ਨੇ ਮਾਸਟਰ ਸਲੀਮ ਨੂੰ ਚੂਸ ਕੇ ਸੁੱਟਤਾ ਵਾਪਸ, ਖੜਾ ਚਲੋ ਜੀ। ਜੇ ਨੇਹਾ ਕੱਕੜ ਚੱਲ ਰਹੀ ਹੈ ਤਾਂ ਨੇਹਾ ਕੱਕੜ ਨੂੰ ਅਜੇ ਚਲਾ ਰਹੇ, ਜਦੋਂ ਉਹਦੇ ਤੋਂ ਮੋਹ ਭੰਗ ਹੋ ਗਿਆ ਉਹਨੂੰ ਵੀ ਸੁੱਟ ਦੇਣਾ ਵਿਚਾਰੀ ਨੂੰ। ਹੁਣ ਤਾਂ ਵੈਸੇ ਹੀ ਬਹੁਤ ਅੱਛਾ ਕੰਮ ਹੋ ਗਿਆ, ਸਾਰੇ ਐਕਟਰ ਗਾ ਰਹੇ ਨੇ। ਸੋਨੂ ਨਿਗਮ ਦੀ ਇੱਕ ਇੰਟਰਵਿਊ 'ਚ ਤੁਸੀਂ ਦੇਖੋ, ਉਹਨਾਂ ਨੇ ਕਿਹਾ ਕਿ ਸਾਰੇ ਐਕਟਰ ਗਾ ਰਹੇ ਨੇ, ਹਮਾਰੀ ਤਾਂ ਕੋਈ ਜ਼ਰੂਰਤ ਹੀ ਨਹੀਂ। ਮੈਨੂੰ ਵੀ ਇਹ ਲੱਗਦਾ ਕਿ ਸਾਡੀ ਤਾਂ ਭਰਾਵਾ ਜ਼ਰੂਰਤ ਹੈ ਨਹੀਂ ਹੁਣ, ਪਰ ਗਾਣੇ ਐਸੇ ਗਾਏ ਨੇ। ਟਸ਼ਨ, ਸੈਫ ਅਲੀ ਖਾਨ ਦੀ ਫਿਲਮ, ਟਸ਼ਨ ਨੇ ਇੱਕ ਗਾਣਾ ਗਾਇਆ ਸੀ, ਮੈਂ, ਵਿਸ਼ਾਲ ਸ਼ੇਖਰ ਸਾਹਿਬ, ਵਿਸ਼ਾਲ ਦਦਲਾਨੀ, ਸਾਰੇ ਆਪੋ ਆਪਣਾ ਕੰਮ ਕਰ ਰਹੇ ਨੇ, ਗੁੱਡ ਹੈ, ਬਟ ਆਪੋ ਆਪਣਾ ਕਰਨਾ ਚਾਹੀਦਾ। ਕੁਝ ਲੋਕਾਂ ਦਾ ਇਹ ਕਹਿਣਾ ਕਿ ਮਾਸਟਰ ਸਲੀਮ ਦੇ ਨਾਲ ਮਤਲਬ ਅੱਜ ਤੱਕ ਪੇਜੀ ਨੂੰ ਨਹੀਂ ਦੇਖਿਆ ਗਿਆ, ਉਹ ਹਮੇਸ਼ਾ ਪਿੱਛੇ ਰਹੇ ਨੇ, ਉਹਨਾਂ ਨੇ ਸਲੀਮ ਦੇ ਨਾਲ ਅੱਜ ਤੱਕ ਗਾਇਆ ਨਹੀਂ ਹੈ, ਜਾਂ ਸਲੀਮ ਕੀ ਕਾਰਨ ਕੀ ਹੈ ਕਿ ਆਪਣੇ ਬ੍ਰਦਰ ਦੇ ਨਾਲ ਕੋਲੈਬੋਰੇਸ਼ਨ? ਇਦਾਂ ਦੀ ਕੋਈ ਗੱਲ ਨਹੀਂ, ਇਦਾਂ ਦੀ ਕੋਈ ਗੱਲ ਨਹੀਂ। ਪਰਵੇਜ਼ ਆਪਣਾ ਕੰਮ ਦੇਖਦਾ, ਪੇਜੀ ਸ਼ਾਹਕੋਟੀ ਆਪਣਾ ਕੰਮ ਦੇਖਦਾ, ਉਹਦੇ ਕੋਲ ਆਪਣੇ ਪ੍ਰੋਗਰਾਮ ਨੇ। ਮੇਰੇ ਨਾਲ ਬੜੇ ਸਾਲ ਤਬਲਾ ਵਜਾਇਆ, ਹੁਣ ਵੀ ਅਸੀਂ ਇਕੱਠੇ ਹੈ, ਅਸੀਂ ਕੋਈ ਗੱਲ ਨਹੀਂ। ਔਰ ਉਹ ਆਪਣੇ ਕੰਮਾਂ 'ਚ ਬਿਜ਼ੀ ਰਹਿੰਦਾ, ਮੈਂ ਆਪਣੇ ਕੰਮਾਂ 'ਚ ਬਿਜ਼ੀ ਰਹਿੰਦਾ, ਹੈ ਨਾ। ਅਤੇ ਬਾਕੀ ਇੱਦਾਂ ਦੀ ਆਉਣ ਵਾਲੇ ਟਾਈਮ 'ਚ ਤੁਹਾਡੀ ਕੋਲੈਬੋਰੇਸ਼ਨ ਦੇਖਾਂਗੇ? ਜੀ ਜੀ, ਇੱਕ ਗਾਣਾ ਅਸੀਂ ਕਰ ਰਹੇ ਹਾਂ, ਮੈਂ, ਡੈਡੀ ਜੀ ਅਤੇ ਪੇਜੀ ਇਕੱਠੇ, ਵਿਜੇ ਧੰਮੀ ਸਾਹਿਬ ਦਾ ਗਾਣਾ ਲਿਖਿਆ ਹੋਇਆ, ਬਹੁਤ ਸੋਹਣਾ, ਉਹਦਾ ਜਲਦੀ ਤੁਸੀਂ ਵੀਡੀਓ ਸਭ ਕੁਛ ਦੇਖੋਗੇ। ਤੁਹਾਡਾ ਬੇਟਾ ਵੀ ਹੁਣ ਗਾਇਕੀ ਵੱਲ ਜਾ ਰਿਹਾ? ਜੀ ਜੀ ਜੀ, ਉਹਨੂੰ ਵੀ ਬੈਸਟ ਵਿਸ਼ੇਸ ਨੇ, ਮਾਲਕ ਉਹਨੂੰ ਵੀ ਤਰੱਕੀਆਂ ਦੇਵੇ ਜੀ। ਇਹ ਤਾਂ ਆਪੋ ਆਪਣੀ ਆ ਜੀ, ਕਿਸੇ ਦਾ ਭਰਾ ਹੋਣ ਨਾ, ਕਿਸੇ ਦਾ ਪੁੱਤ ਹੋਣ ਨਾ, ਕਿਸੇ ਦਾ ਰਿਸ਼ਤੇਦਾਰ ਹੋਣ ਨਾ, ਜਿਹੜੀ ਗੱਲ ਹੈ ਨਾ ਉਹ ਨਹੀਂ ਹੁੰਦਾ। ਇਹ ਆਪਣੀ ਕਰੋ, ਆਪ ਖਾਓ। ਮੈਂ ਆਪਣੇ ਪਿਓ ਦੀ ਬਹੁਤ ਰਿਸਪੈਕਟ ਕਰਦਾ, ਉਸਤਾਦ ਪੂਰਨ ਸ਼ਾਹਕੋਟੀ ਸਾਹਿਬ, ਉਹਨਾਂ ਨੇ ਮੈਨੂੰ ਜੰਮਿਆ, ਉਹਨਾਂ ਨੇ ਮੈਨੂੰ ਪੜ੍ਹਾਇਆ ਲਿਖਾਇਆ, ਉਹਨਾਂ ਨੇ ਮੈਨੂੰ ਗਾਣਾ ਸਿਖਾਇਆ। ਪਰ ਜਿਹੜੀ ਅੱਗੇ ਮਿਹਨਤ ਉਹ ਤਾਂ ਮੈਂ ਆਪ ਕਰਨੀ ਹੈ, ਉਹਨਾਂ ਨੇ ਥੋੜ੍ਹੀ ਕਰਨੀ। ਉਹਨਾਂ ਨੇ ਤਾਂ ਜੋ ਮੇਰੇ ਲਈ ਕਰਨਾ ਸੀ ਉਹ ਕਰ ਦਿੱਤਾ, ਅੱਗੇ ਮੈਨੂੰ ਆਪ ਕਰਨਾ ਪੈਣਾ ਕਿ ਕਿੱਦਾਂ ਕੀ ਡਿਸਾਈਡ ਕਰਨਾ ਹੈ, ਕਿਹੜੇ ਵੇ 'ਤੇ ਜਾਣਾ, ਕਿਹੜੇ ਵੇ 'ਤੇ ਨਹੀਂ ਜਾਣਾ, ਹੈ ਨਾ। ਇਹ ਆਪ ਕਰਕੇ ਖਾਣੀ ਪੈਂਦੀ ਹੈ। ਕਿਸੇ ਦੀ ਪਕਾਈ ਹੋਈ ਰੋਟੀ ਆਪ ਕਿੰਨੀ ਕੁ ਦੇਰ ਖਾ ਲਓਗੇ? ਤੁਹਾਨੂੰ ਆਪ ਬਣਾ ਕੇ ਖਾਣੀ ਪੈਣੀ ਹੈ। ਜਦੋਂ ਆਪ ਆਟਾ ਛਾਣਿਆ ਜਾਂਦਾ ਹੈ, ਗੁੰਨਿਆ ਜਾਂਦਾ ਹੈ, ਹੈਂ, ਕਿੰਨਾ ਪਾਣੀ ਰੱਖਣਾ ਹੈ, ਕਿੰਨਾ ਨਹੀਂ ਪਾਣੀ ਰੱਖਣਾ ਹੈ, ਫਿਰ ਜਦੋਂ ਰੋਟੀ ਐਂ ਥੱਲੀ ਜਾਂਦੀ ਹੈ, ਦੂਸਰੇ ਪਾਸੇ ਦੇਖਣਾ ਯਾਰ ਅਜੇ ਕੱਚੀ ਹੈ, ਥੋੜ੍ਹਾ ਹੋਰ ਸੇਕ ਲਓ, ਆਪ ਕਰਨੀ ਪੈਂਦੀ ਹੈ ਉਸਤਾਦ ਜੀ। ਅਸੀਂ ਗੱਲ ਕਰੀਏ ਹੁਣ ਤੁਹਾਡੇ ਗੁਰੂ ਸਾਹਿਬ ਯਾਨੀ ਕਿ ਹੰਸ ਰਾਜ ਹੰਸ ਸਾਹਿਬ ਦੀ। ਜੀ ਜੀ ਜੀ,
ਉਹ ਮਤਲਬ ਉਹਨਾਂ ਦਾ ਜਿਹੜਾ ਰਾਜਨੀਤਿਕ ਦੌਰ ਰਿਹਾ ਜੀ, ਉਹਨਾਂ ਨੇ ਤਿੰਨ ਪਾਰਟੀਆਂ ਬਦਲੀਆਂ ਨੇ ਜੀ, ਲੋਕੀ ਕਹਿੰਦੇ ਡਾਵਾ ਡੋਲ ਰਿਹਾ ਇਹਨਾਂ ਦਾ ਸਫ਼ਰ ਜੀ, ਇਹਦੇ ਬਾਰੇ ਤੁਹਾਡੇ ਕੀ ਵਿਚਾਰ? ਮੇਰੇ ਇਹਦੇ ਬਾਰੇ ਕੋਈ ਵਿਚਾਰ ਨਹੀਂ, ਉਹ ਮੇਰੇ ਭਰਾ ਨੇ ਵੱਡੇ, ਮੇਰੇ ਉਹ ਪਿਓ ਨੇ, ਮੇਰੇ ਭਰਾ ਨੇ, ਮੇਰੇ ਪਿਓ ਨੇ, ਹਮੇਸ਼ਾ ਹੀ ਮੈਂ ਉਹਨਾਂ ਦੀ ਸਪੋਰਟ 'ਚ ਖੜਾਂ, ਚਾਹੇ ਉਹ ਕਿਸੇ ਵੀ ਪਾਰਟੀ 'ਚ ਚਲੇ ਜਾਣ, ਕਿਸੇ ਪਾਰਟੀ 'ਚ ਆ ਜਾਣ, ਮੈਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਉਹ ਮੇਰੇ ਭਰਾ ਨੇ, ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ ਔਰ ਹਮੇਸ਼ਾ ਕਰਦੇ ਰਹਾਂਗੇ। ਮੈਨੂੰ ਉਹਨਾਂ ਦੇ ਰਾਜਨੀਤਿਕ ਜਿਹੜਾ ਸਫ਼ਰ ਹੈ ਮੈਨੂੰ ਉਹਦੇ ਬਾਰੇ ਕੁਛ ਨਹੀਂ ਪਤਾ, ਮੈਨੂੰ ਸਿਰਫ ਇਹ ਪਤਾ ਕਿ ਉਹ ਮੇਰੇ ਵੱਡੇ ਭਰਾ ਨੇ, ਮੇਰੇ ਡੈਡੀ ਦੇ ਸ਼ਾਗਿਰਦ ਨੇ ਅਤੇ ਮੈਂ ਉਹਨਾਂ ਦਾ ਸ਼ਾਗਿਰਦ ਜੀ, ਹੈ ਨਾ, ਸਾਡੇ ਗੁਰੂ ਦੇਵ ਨੇ, ਅਸੀਂ ਉਹਨਾਂ ਦੀ ਸਪੋਰਟ ਕਰਦੇ ਹਾਂ ਹਰ ਹਰ ਗੱਲ ਨਾਲ। ਆਪਾਂ ਰਾਜਨੀਤੀ ਦੇ ਵਿੱਚ ਮਾਸਟਰ ਸਲੀਮ ਨੂੰ ਦੇਖਾਂਗੇ? ਕਦੀ ਨਹੀਂ ਭਾਜੀ, ਬਿਲਕੁਲ ਇੰਟਰਸਟ ਨਹੀਂ ਆ, ਬਿਲਕੁਲ ਨਹੀਂ। ਕਾਰਨ ਕੀ ਹੈ ਇਸਦਾ ਕਿ ਮਾਸਟਰ ਸਲੀਮ ਰਾਜਨੀਤੀ 'ਚ ਨਹੀਂ ਆਉਣਾ ਚਾਹੁੰਦਾ? ਕੁਛ ਤਾਂ ਕਾਰਨ ਹੁੰਦਾ ਹਰ ਚੀਜ਼ ਦਾ, ਤਾਂ ਹੀ ਉਹ ਬੰਦਾ ਸੋਚਦਾ ਕਿ ਮੈਂ ਇਸ ਚੀਜ਼ 'ਚ ਨਹੀਂ ਜਾਣਾ। ਨਹੀਂ ਭਾਜੀ, ਮੈਂ ਬਣਿਆ ਹੀ ਨਹੀਂ ਰਾਜਨੀਤੀ ਵਾਸਤੇ, ਮੇਰੇ ਲਈ ਰਾਜਨੀਤੀ ਬਣੀ ਨਹੀਂ, ਮੈਂ ਰਾਜਨੀਤੀ ਲਈ ਨਹੀਂ ਬਣਿਆ। ਸਮਝ ਤੋਂ ਪਰੇ ਰੱਖ ਦਿਓ, ਬਿਲਕੁਲ ਪਰੇ। ਮੈਨੂੰ ਅਜੇ ਤੱਕ ਮਿਊਜ਼ਿਕ ਦੀ ਸਮਝ ਨਹੀਂ ਆਈ ਮੈਂ ਰਾਜਨੀਤੀ ਕੀ ਸਮਝੂ, ਮੈਨੂੰ ਅਜੇ ਤੱਕ ਮਿਊਜ਼ਿਕ ਦੀ ਸੱਚੀ ਸਮਝ ਨਹੀਂ ਆਈ। ਬੜਾ ਕੁਛ ਐਸਾ ਪਿਆ ਹੈ ਜਿਹੜਾ ਕਰਨਾ ਹੈ, ਉਹ ਹਜੇ ਕਰ ਹੀ ਨਹੀਂ ਹੋ ਰਿਹਾ, ਸਮਝ ਹੀ ਨਹੀਂ ਆ ਰਿਹਾ ਕਿ ਕਿੱਦਾਂ ਕਰਾਂਗੇ, ਅਤੇ ਅਸੀਂ ਪੂਰਾ ਦੇਸ਼ ਕਿੱਦਾਂ ਚਲਾ ਸਕਦੇ ਹਾਂ ਜਾਂ ਪੂਰੀ ਸਿਟੀ ਕਿੱਦਾਂ ਚਲਾ ਸਕਦੇ ਹਾਂ? ਨਾ ਨਾ ਨਾ, ਅਸੀਂ ਪ੍ਰਜਾ ਹੀ ਠੀਕ ਹੈ, ਰਾਜਾ ਵਜ਼ੀਰ ਬਣ ਕੇ ਕੀ ਕਰਨਾ ਹੈ ਜਦ ਦਾਲ ਰੋਟੀ ਵਧੀਆ ਮਿਲ ਜਾ ਰਿਹਾ ਹੈ ਨਾ ਜੀ। ਸੋ ਆਪਾਂ ਸ਼ਾਹ ਦਿਲ ਨੂੰ ਕਦੋਂ ਦੇਖ ਸਕਦੇ ਹਾਂ ਪਰਦੇ 'ਤੇ ਜਾਂ ਮਤਲਬ ਗਾਣਾ ਲੈ ਕੇ ਆਉਂਦੇ ਹੋਏ? ਜਦੋਂ ਉਹ ਪਰਪੱਕ ਹੋ ਗਿਆ, ਜਦੋਂ ਉਹਦਾ ਦਿਲ ਕੀਤਾ, ਜਦੋਂ ਉਹਦਾ ਆਪਣਾ ਮਨ ਮੁਨਸਫ ਹੋਇਆ ਕਿ ਨਹੀਂ ਯਾਰ ਮੈਨੂੰ ਹੁਣ ਕਰਨਾ ਚਾਹੀਦਾ। ਹਾਂਜੀ, ਉਹ ਮਤਲਬ ਤੁਹਾਡੇ ਤੋਂ ਫਰਮਾਇਸ਼ ਨਹੀਂ ਕਰਦਾ ਕਿ ਮੈਂ ਗਾਣਾ ਕਰਨਾ ਚਾਹੁੰਦਾ, ਉਹ ਆਪਣੇ ਆਪ ਕਰ ਲਏਗਾ, ਦੇਖ ਲਏਗਾ। ਮੈਂ ਚਾਹੁੰਦਾ ਕਿ ਜਾਣ ਤੋਂ ਪਹਿਲਾਂ ਇੱਕ ਵਾਰੀ ਤੁਹਾਡਾ ਆਪਣਾ ਫੇਵਰੇਟ ਗਾਣਾ ਜੋ ਤੁਹਾਡੀ ਹੀ ਆਵਾਜ਼ 'ਚ ਸੀਗਾ ਉਹ ਹੋ ਜੇ। ਇੱਕ ਤੇ ਪਿਆਰ ਦੂਜਾ ਬੇਸ਼ੁਮਾਰ ਤੀਜਾ ਤੇਰੇ ਨਾਲ ਹੋ ਗਿਆ, ਇੱਕ ਤੇ ਪਿਆਰ ਦੂਜਾ ਬੇਸ਼ੁਮਾਰ ਤੀਜਾ ਤੇਰੇ ਨਾਲ ਹੋ ਗਿਆ। ਇਹ ਤਾਂ ਨਵਾਂ ਗਾਣਾ ਹੋਇਆ, ਮੈਂ ਕਿਹਾ ਇਸ ਤੋਂ ਵੀ ਪਹਿਲਾਂ ਜੇਕਰ ਕੋਈ ਗਾਣਾ ਜੋ ਤੁਹਾਡੀ ਆਪਣੀ ਆਵਾਜ਼ 'ਚ? ਇਸ ਤੋਂ ਵੀ ਪਹਿਲਾਂ ਤੁਹਾਡਾ ਫੇਵਰੇਟ ਸੌਂਗ? ਨਹੀਂ ਨਹੀਂ, ਉਦਾਂ ਨਹੀਂ, ਕਿੱਦਾਂ 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 ਰਿੱਕੀ, ਇਸ ਤੋਂ ਵੀ ਪਹਿਲਾਂ ਭਾਜੀ ਬਾ ਕਮਾਲ ਬੰਦੇ ਨੇ, ਮੀਤ ਕਮਾਲ ਕਮਾਲ ਹੈ। ਇਹ ਤਾਂ ਮੇਰੇ ਲਈ ਸੋਨੇ ਤੇ ਸੁਹਾਗਾ, ਜਿਨ੍ਹਾਂ ਲੋਕਾਂ ਨੇ ਦੇ ਨਾਲ ਮੀਤ ਲੱਗਦਾ, ਜਿਵੇਂ ਮੀਤ ਹੈ ਸਾਡੇ ਮਿਊਜ਼ਿਕ ਡਾਇਰੈਕਟਰ ਨੇ ਗੁਰਮੀਤ ਜੀ ਜੀ ਜੀ, ਉਹਨਾਂ ਨਾਲ ਮੇਰੇ ਬੜੇ ਸਾਰੇ ਗਾਣੇ ਹਿੱਟ ਨੇ, ਮੇਰਾ ਪੀਰ ਜਾਣੇ ਮੇਰੀ ਪੀੜ ਹੈ ਨਾ, ਇੱਕ ਬੜੇ ਗਾਣੇ ਉਹਨਾਂ ਦੇ ਨਾਲ, ਇਹੀ ਸੁਣਾ ਦਿੰਦਾ। ਨੈਣਾ ਦੇ ਨੈਣਾ ਦੇ ਹਰਫ ਪੜਾਵਾਂ ਕਿਵੇਂ, ਦਿਲ ਤੇ ਲੱਗੀਆਂ ਅੱਖਾਂ ਕਿਵੇਂ, ਇਹਨਾਂ ਸੋਚਾਂ ਵਿੱਚ ਰਹਿਣਾ ਦਿਲ ਨੂੰ ਅਕਸਰ ਕਹਿਣਾ, ਜਿਹੜੀ ਇਸ਼ਕ 'ਚ ਚੱਲਦੀ ਏ ਉਹਦੇ ਰੰਗ ਵਿੱਚ ਟਲਦੀ ਏ, ਉਹ ਨਬਜ਼ ਪਛਾਣ ਮੇਰਾ ਪੀਰ ਜਾਣੇ ਮੇਰੀ ਪੀੜ ਉਹ ਜਾਣੇ ਨਾ, ਉਹ ਜਾਣੇ ਨਾ। ਸੋ ਇਹ ਤੁਸੀਂ ਸਾਡੇ ਨਾਲ ਮਾਸਟਰ ਸਲੀਮ ਯਾਨੀ ਕਿ ਸੁਰਾਂ ਦੇ ਬਾਦਸ਼ਾਹ, ਤੁਸੀਂ ਫਿਲਹਾਲ ਦੇਖਦੇ ਰਹੋ ਦੈਨਿਕ ਸੂਰਿਆ ਟੀਵੀ। ਦਿਸ ਇਜ਼ ਮੀਤ, ਬਾਏ, ਥੈਂਕ ਯੂ ਸੋ ਮਚ ਫੋਰ ਕਮਿੰਗ ਇਨ ਆਰ ਸਟੂਡੀਓ। ਥੈਂਕ ਯੂ ਜੀ।